ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਬਹੁਤ ਧੰਨਵਾਦ ਕਿ ਉਹਨਾਂ ਵੀਰਾਂ ਦਾ ਜਿਹੜੇ ਸਾਡੇ ਸੱਦੇ 'ਤੇ ਇੰਨੀ ਦੂਰੋਂ ਚੱਲ ਕੇ ਆਏ ਆ, ਅਤੇ ਪ੍ਰੈਸ ਦਾ ਵੀ ਬਹੁਤ ਧੰਨਵਾਦ ਜਿਹੜੇ ਕਵਰ ਕਰਨ ਆਏ ਆ। ਅਤੇ ਅਸੀਂ ਮਿਸਲ ਸਤਲੁਜ ਵੱਲੋਂ ਇੱਕ ਆਪਦਾ ਦਸਤਾਵੇਜ਼ ਪੇਸ਼ ਕਰ ਰਹੇ ਹਾਂ ਜਿਹੜਾ ਕਿ ਆਪਣਾ ਟੀਚੇ ਅਤੇ ਮਨੋਰਥ ਹੈਗੇ ਆ। ਇੱਕ ਰੂਪ ਖਰੜਾ ਰੂਪ 'ਚ ਹੈਗਾ, ਇਹ ਸੰਗਤ ਦੀ ਪ੍ਰਵਾਨਗੀ ਵਾਸਤੇ ਪੇਸ਼ ਕਰ ਰਹੇ ਹਾਂ। ਇਹਦੇ ਵਿੱਚ ਜੋ ਇਸ ਟਾਈਮ ਹਾਲਾਤ ਚੱਲ ਰਹੇ ਉਹਦੇ ਬਾਰੇ ਸਾਡੀ ਕੀ ਸੋਚ ਆ, ਕੀ ਰਣਨੀਤੀ ਹੋਣੀ ਚਾਹੀਦੀ ਆ, ਉਹਦੇ ਬਾਰੇ ਰੱਖਿਆ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਅਤੇ ਇਹ ਖੁੱਲ੍ਹਾ ਖਰੜਾ, ਇਹਦੇ ਵਿੱਚ ਸੁਝਾਅ ਵੀ ਤੁਸੀਂ ਦੇ ਸਕਦੇ ਹੋ। ਹੋਰ ਵੀ ਅੱਗੇ ਆਪਾਂ ਇੱਕ ਸਾਲ ਇਹਨੂੰ ਖੁੱਲ੍ਹਾ ਰੱਖਾਂਗੇ ਅਤੇ ਅੱਗੇ ਜੋ ਸੁਝਾਅ ਹੋਣਗੇ ਉਹ ਲੈਂਦੇ ਰਹਾਂਗੇ। ਤਕਰੀਬਨ 1947 ਤੋਂ ਜਦੋਂ ਤੋਂ ਟਰਾਂਸਫਰ ਆਫ ਪਾਵਰ ਹੋਈ ਆ ਜਾਂ ਤਾਕਤ ਦਾ ਜਿਹੜਾ ਤਬਾਦਲਾ ਹੋਇਆ, ਉਦੋਂ ਤੋਂ ਸਿੱਖਾਂ ਨੇ ਅਤੇ ਖਾਸ ਕਰਕੇ ਅਤੇ ਪੰਜਾਬ ਨੇ ਇਨ ਜਨਰਲ ਵਿਤਕਰਾ ਵੇਖਿਆ, ਓਪਰੇਸ਼ਨ ਵੇਖਿਆ, ਧੱਕਾ ਵੇਖਿਆ ਕੇਂਦਰ ਵੱਲੋਂ। ਅਤੇ ਇਸ ਧੱਕੇ ਦੇ ਵਿਰੁੱਧ ਸਿਰਫ ਇੱਕ ਹੀ ਵਾਹਦ ਇੱਕ ਖੇਤਰੀ ਪਾਰਟੀ ਖੜ੍ਹੀ ਹੁੰਦੀ ਸੀਗੀ, ਉਹ ਸੀਗੀ ਸ਼੍ਰੋਮਣੀ ਅਕਾਲੀ ਦਲ। 1920 ਤੋਂ ਲੈ ਕੇ 1974 ਤੱਕ ਇਹਨੇ ਆਪਦੀ ਸਮਰੱਥਾ ਤੋਂ ਵੱਧ ਕੇ ਇਸ ਧੱਕੇ ਦੇ ਅਗੇਂਸਟ ਖੜ੍ਹੀ ਹੋਈ ਪੰਜਾਬ ਦੇ ਹੱਕਾਂ ਲਈ, ਅਤੇ ਖਾਸ ਕਰਕੇ ਪੰਥ ਦੀ ਅਤੇ ਸਿੱਖਾਂ ਦੇ ਹੱਕਾਂ ਵਾਸਤੇ ਖੜ੍ਹੀ ਹੁੰਦੀ ਰਹੀ। 1974 ਤੋਂ ਬਾਅਦ ਲਗਾਤਾਰ ਇਹ ਜਿਹੜੀ ਪਾਰਟੀ ਸੀ ਉਹ ਨੁਘਾਰ ਵੱਲ ਆਉਂਦੀ ਰਹੀ, ਅਤੇ ਅਕਾਲੀ ਲਹਿਰ ਜਿਹੜੀ ਖੜ੍ਹੀ ਹੋਈ ਸੀਗੀ ਉਹ ਆਲਮੋਸਟ ਅੱਜ ਕਿਤੇ ਨਾ ਕਿਤੇ ਨਜ਼ਰ ਨਹੀਂ ਆਉਂਦੀ ਸਾਨੂੰ। ਇਹ ਪਾਰਟੀ ਜਿਹੜੀ ਕਿ ਇੱਕ ਪੰਥ ਦੀ ਪਾਰਟੀ ਸੀ ਜਾਂ ਪੰਥੀ ਸਿਆਸਤ ਸੀ, ਉਹ ਅੱਜ ਇੱਕ ਨਿੱਜੀ ਕਾਰਪੋਰੇਟ ਘਰਾਣੇ ਦੀ ਇੱਕ ਆਪਦੀ ਮਲਕੀਅਤ ਬਣ ਕੇ ਰਹਿ ਗਈ ਆ, ਅਤੇ ਅਕਾਲੀ ਮੂਵਮੈਂਟ ਜਿਹੜੀ ਆ, ਅਕਾਲੀ ਲਹਿਰ ਆ, ਉਹ ਕਿਤੇ ਸਾਨੂੰ ਨਜ਼ਰ ਨਹੀਂ ਆ ਰਹੀ। ਮਿਸਲ ਸਤਲੁਜ ਨੇ ਇਹ ਤਹੀਆ ਕੀਤਾ ਕਿ ਇਹ ਜਿਹੜੀ ਪਾਰਟੀ ਹੈ ਜਿਹਦੀ ਲੋਕਾਂ ਨੂੰ ਬਹੁਤ ਆਸ ਆ ਕਿ 1920 ਤੋਂ 1974 ਵਰਗਾ ਅਕਾਲੀ ਦਲ ਦੁਬਾਰਾ ਆਵੇ, ਤਾਂ ਮਿਸਲ ਸਤਲੁਜ ਇੱਕ ਉਹ ਮੂਵਮੈਂਟ ਆ ਜਾਂ ਇੱਕ ਉਹ ਲਹਿਰ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਨਿੱਜੀ ਕਾਰਪੋਰੇਟ ਘਰਾਣੇ ਆ ਤੋਂ ਦਰਗੀ ਸਿਆਸਤ ਤੋਂ ਆਜ਼ਾਦ ਕਰਾਊਗੀ, ਇਹਨੂੰ ਦੁਬਾਰਾ ਸੁਰਜੀਤ ਕਰੂਗੀ ਅਤੇ ਦੁਬਾਰਾ ਇਹਨੂੰ ਪੰਥ ਦੀ ਝੋਲੀ 'ਚ ਪਾਊਗੀ। ਹੁਣ ਇਹਦੀ ਲੋੜ ਕੀ ਆ? ਸਭ ਤੋਂ ਗੱਲ ਪਹਿਲੀ ਸਮਝਣ ਦੀ ਸਾਨੂੰ ਲੋੜ ਆ ਕਿ ਇਹਦੀ ਲੋੜ ਕੀ ਆ, ਅਤੇ ਕਿਉਂ ਆਪਾਂ ਇਹ ਕਰ ਰਹੇ ਹਾਂ, ਅਤੇ ਕਿਉਂ ਇਹ ਕੀ ਮੰਤਵ ਸੀਗੇ। ਪਹਿਲੀ ਗੱਲ ਤਾਂ ਇਹ ਆ ਕਿ ਵੀ ਜਿਹੜਾ ਅਕਾਲੀ ਦਲ ਆ ਉਹਦੇ 1974 ਦੇ ਜਿਹੜੇ ਮੋਟਿਵ ਸੀਗੇ, ਜਿਹੜੇ ਉਹਨਾਂ ਨੇ ਆਪਦੇ ਇਜਲਾਸ 'ਚ ਪਾਸ ਕੀਤੇ ਸੀ, ਉਹ ਪੰਜ ਪਿੱਲਰਸ 'ਤੇ ਖੜ੍ਹੇ ਸੀ ਜਾਂ ਪੰਜ ਥੰਮਾਂ 'ਤੇ ਖੜ੍ਹੇ ਸੀਗੇ। ਪਹਿਲਾ ਸੀਗਾ ਕਿ ਗੁਰਮਤਿ ਦਾ ਪ੍ਰਚਾਰ ਕਰਨਾ, ਗੁਰਦੁਆਰੇ ਜਿਹੜੇ ਪ੍ਰਬੰਧ ਆ ਉਹਦਾ ਸੁਧਾਰ ਕਰਨਾ ਅਤੇ ਸਿੱਖੀ ਨੂੰ ਪ੍ਰਫੁੱਲਿਤ ਕਰਨਾ। ਦੂਜਾ ਇਹ ਹੈ ਕਿ ਵੀ ਸਿੱਖਾਂ ਦੀ ਜਿਹੜੀ ਵੱਖਰੀ ਹੋਂਦ ਆ, ਜਿਹੜੀ ਵੱਖਰੀ ਪਛਾਣ ਆ ਜਾਂ ਵੱਖਰੀ ਕੌਮੀਅਤ ਆ, ਉਹਨੂੰ ਕਾਇਮ ਰੱਖਣਾ, ਉਹਦੀ ਭਾਵਨਾ ਦਾ ਸਿੱਖਾਂ 'ਚ ਵੀ ਕਾਇਮ ਰੱਖਣਾ ਅਤੇ ਅੱਗੇ ਸੰਸਾਰ ਭਰ 'ਚ ਵੀ ਕਾਇਮ ਰੱਖਣਾ, ਅਤੇ ਐਸਾ ਦੇਸ਼ ਕਾਲ ਕਰਨਾ ਇਸ ਖਿੱਤੇ 'ਚ ਦੇਣਾ ਜਿਹਦੇ ਵਿੱਚ ਉਹ ਆਪਦੀ ਐਸਪੀਰੇਸ਼ਨਸ ਨੂੰ ਇੱਕ ਐਕਸਪ੍ਰੈਸ਼ਨ ਦੇ ਸਕਣ, ਜੋ ਉਹਨਾਂ ਦੀਆਂ ਕੌਮੀ ਐਸਪੀਰੇਸ਼ਨਸ ਹੈਗੀ। ਤੀਸਰਾ ਇਹ ਆ ਕਿ ਵੀ ਕਿਸੇ ਵੀ ਚੀਜ਼ ਵਾਸਤੇ ਅੱਜ ਦੀ ਕਿ ਹਮੇਸ਼ਾ ਸਮੇਂ ਤੋਂ ਹੀ ਇਕੋਨਮੀ ਅਰਥਚਾਰਾ ਇੰਪੋਰਟੈਂਟ ਰਿਹਾ, ਤਾਂ ਅਰਥਚਾਰੇ ਨੂੰ ਸਟਰੋਂਗ ਕਰਨਾ, ਮਜ਼ਬੂਤ ਕਰਨਾ, ਅਤੇ ਉਸ ਅਰਥਚਾਰੇ ਨੂੰ ਮਜ਼ਬੂਤ ਕਰਦੇ ਹੋਏ ਜਿਹੜਾ ਪਾੜਾ ਹੈ ਅਮੀਰ ਅਤੇ ਗਰੀਬ ਦਾ ਜਾਂ ਕਲਾਸਿਸ ਦੇ ਵਿੱਚ, ਉਹਨੂੰ ਘਟਾਉਣਾ, ਇੱਕ ਨਿਆਂਪੂਰਵਕ ਉਸ ਨੂੰ ਉਹਨੂੰ ਉਹਦੀ ਫਲਾਹ ਕਰਨੀ ਜਾਂ ਉਹਨੂੰ ਸਪਰੈਡ ਕਰਨਾ, ਜਿਹਨੂੰ ਆਪਾਂ ਡਿਸਟ੍ਰੀਬਿਊਸ਼ਨ ਔਫ ਵੈਲਥ ਕਹਿ ਦਿੰਦੇ ਹਾਂ ਅੰਗਰੇਜ਼ੀ 'ਚ, ਉਹਦੀ ਬੈਟਰ ਡਿਸਟ੍ਰੀਬਿਊਸ਼ਨ ਔਫ ਵੈਲਥ ਕਰਨੀ। ਚੌਥਾ ਉਹਦਾ ਜਿਹੜਾ ਥੰਮ ਸੀ ਉਹ ਸੀਗਾ ਸਿੱਖਿਆ 'ਤੇ, ਕਿ ਸਿੱਖਿਆ ਉਸ ਆਧਾਰ ਦੀ ਜਾਂ ਉਸ ਰੂਪ ਦੀ ਖੜ੍ਹੀ ਕਰਨੀ, ਉਸ ਤਰੀਕੇ ਦੀ ਖੜ੍ਹੀ ਕਰਨੀ ਜਿਹੜੀ ਸਿੱਖੀ ਦਾ ਭਾਵਨਾ ਨੂੰ ਉਜਾਗਰ ਕਰੇ ਅਤੇ ਹਰੇਕ ਅਮੀਰ ਗਰੀਬ ਨੂੰ ਉਪਲਬਧ ਹੋਵੇ।
ਅਤੇ ਪੰਜਵਾਂ ਜਿਹੜਾ ਸਭ ਤੋਂ ਇੰਪੋਰਟੈਂਟ ਹੈਗਾ ਆਪਣੇ ਹਰੇਕ ਵਾਸਤੇ, ਕਿਉਂਕਿ ਆਪਾਂ ਦੁਨੀਆ 'ਚ ਆਪਦਾ ਸਰੀਰ ਹੀ ਲੈ ਕੇ ਆਉਂਦੇ ਹਾਂ, ਤਾਂ ਉਸ ਸਰੀਰ ਨੂੰ ਨਿਰੋਗ ਰੱਖਣਾ, ਉਹਦੀ ਸਿਹਤ ਬਿਹਤਰ ਕਰਨੀ, ਅਤੇ ਵੱਡੀ ਗੱਲ ਆ ਕਿ ਨਸ਼ਿਆਂ ਤੋਂ ਦੂਰ। ਇਹ ਚਾਰ, ਇਹ ਪੰਜ ਜਿਹੜੇ ਮੋਟਿਵ ਸੀਗੇ, ਇਹ ਲੈ ਕੇ ਇਹ ਏਮਸ ਐਂਡ ਓਬਜੈਕਟਿਵ ਸੀਗੇ 1974 ਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਇਜਲਾਸ ਹੋਇਆ ਸੀ। ਪਰ ਸਮੇਂ ਨੇ ਇਹਦੇ ਤੋਂ ਉਹ ਜਿਹੜਾ ਹੋਣ ਵਾਲਾ ਪ੍ਰੈਜੈਂਟ ਸਿਸਟਮ ਆ ਉਹ ਪਾਸੇ ਜਾਂਦਾ ਰਿਹਾ, ਅਤੇ ਮਿਸਲ ਸਤਲੁਜ ਨੇ ਤਹੀਆ ਚੱਕਿਆ ਕਿ ਇਹਨਾਂ ਮੋਟਿਵਸ ਦੇ ਆਧਾਰ 'ਤੇ, ਇਹਨਾਂ ਜਿਹੜੇ ਪ੍ਰਾਈਮ ਓਬਜੈਕਟਿਵਸ ਦੇ ਆਧਾਰ 'ਤੇ ਜਾਂ ਕਹਿ ਲਓ ਏਮਸ ਐਂਡ ਓਬਜੈਕਟਿਵ ਦੇ ਆਧਾਰ 'ਤੇ ਕੀ ਸੰਭਵ ਹੈ ਅੱਜ ਦੀ ਤਰੀਕ 'ਚ, ਅੱਜ ਦੀ ਤਰੀਕ 'ਚ ਕਿਵੇਂ ਕੀ ਲਿਆ ਜਾ ਸਕਦਾ, ਕੀ ਪੋਸੀਬਲ ਹੈਗਾ, ਉਹਦੇ ਉੱਤੇ ਸੰਘਰਸ਼ ਕਰਨਾ, ਅਤੇ ਉਹਦੇ ਉੱਤੇ ਨੀਤੀ ਕਰਨੀ, ਅਤੇ ਉਹਦੇ 'ਤੇ ਰਣਨੀਤੀ ਦੇਣੀ। ਮੁੱਖ ਗੱਲ ਇਹ ਹੈਗੀ ਆ ਕਿ ਸਿੱਖਾਂ ਨੇ ਅਤੇ ਪੰਜਾਬ ਨੇ ਇਸ ਦੇਸ਼ ਦੀ ਆਜ਼ਾਦੀ ਲਈ, ਇੱਥੋਂ ਦੇ ਇਸ ਖਿੱਤੇ ਦੀ ਆਜ਼ਾਦੀ ਲਈ ਸਭ ਤੋਂ ਜ਼ਿਆਦਾ ਸੰਘਰਸ਼ ਕੀਤਾ, ਕੁਰਬਾਨੀਆਂ ਦਿੱਤੀਆਂ, 80% ਤੋਂ ਵੱਧ ਫਾਂਸੀਆਂ ਚੜ੍ਹੇ, ਬੇਇੰਤਹਾ ਜਿਹੜੇ ਹੈਗੇ ਆ ਉਹ ਜੇਲ੍ਹਾਂ 'ਚ ਡੱਕੇ ਗਏ, ਕਾਲੇ ਪਾਣੀ ਹੋਏ। ਅੱਜ ਵੀ ਜੇ ਫੂਡ ਸਿਕਿਉਰਿਟੀ ਇਸ ਖਿੱਤੇ ਨੂੰ ਮਿਲ ਰਹੀ ਆ, ਤਾਂ ਉਹਦੇ ਵਿੱਚ ਪੰਜਾਬ ਦਾ ਅਤੇ ਖਾਸ ਕਰਕੇ ਸਿੱਖਾਂ ਦਾ ਜਿਹੜੇ ਪੰਜਾਬ ਦੇ ਨਾਲ ਬਾਲ ਦੇ ਇਲਾਕਿਆਂ 'ਚ ਰਹਿੰਦੇ ਆ, ਉਹਦਾ ਬਹੁਤ ਵੱਡਾ ਦੇਣ, ਇਸ ਦੇਸ਼ ਨੂੰ ਅੰਨ ਦੇਣ ਦਾ ਉਹਦੇ 'ਚ ਬਹੁਤ ਵੱਡਾ ਦੇਣ ਆ। ਅਤੇ ਇਹਨਾਂ ਤੋਂ ਬਗੈਰ ਤਾਂ ਤੁਸੀਂ ਮਤਲਬ ਤਸੱਵਰ ਹੀ ਨਹੀਂ ਕਰ ਸਕਦੇ ਕਿ ਭਾਰਤ ਨੂੰ ਮਤਲਬ ਫੂਡ ਸਿਕਿਉਰਿਟੀ ਮਿਲ ਸਕੇ। ਇਸ ਤੋਂ ਇਲਾਵਾ ਅੱਜ ਵੀ ਫੌਜ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਜਾਂਦੇ ਆ, ਫੌਜ ਤੋਂ ਇਲਾਵਾ ਵਿਧਵਾਵਾਂ ਵੀ ਜਿਹੜੀਆਂ ਹੈਗੀਆਂ ਫੌਜੀ, ਮਤਲਬ ਇਹਦੇ ਬਾਰਡਰ ਫਰੰਟ 'ਤੇ ਜਿਹਨੂੰ ਕਹਿੰਦੇ ਅਸੀਂ ਫਾਈਟਿੰਗ ਆਰਮਸ ਜਿਹੜੇ ਉਹ ਮੈਕਸੀਮਮ ਪੰਜਾਬ ਤੋਂ ਆ, ਅਤੇ ਖਾਸ ਕਰਕੇ ਸਿੱਖਾਂ 'ਚੋਂ। ਅਤੇ ਇਹ ਇੱਕ ਐਸੀ ਕੌਮੀਅਤ ਹੈਗੀ ਹੈ ਜਿਹਦੀ ਅੱਜ ਕੋਈ ਵੀ ਵੱਖਰੀ ਐਸੀ ਹੈ ਨਹੀਂ ਕਿ ਜਿਹੜੀ ਇਹਨਾਂ ਦੀ ਗੱਲ ਕਰਦੀ ਹੋਵੇ, ਜਿਹੜੀ ਜਿਵੇਂ ਮੈਂ ਕਿਹਾ ਕਿ ਦੂਜੀ ਪਾਰਟੀ ਤੋਂ ਜਿਹੜੀ ਪ੍ਰੈਜੈਂਟ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਆਪਣਾ ਜਿਹੜੀ ਲੀਡਰਸ਼ਿਪ ਆ ਉਹ ਇਹ ਤੋਂ ਮੁਨਕਰ ਹੋ ਚੁੱਕੀ। ਅਤੇ ਇਹਨਾਂ ਦੇ ਉੱਤੇ ਆਧਾਰਿਤ ਅਸੀਂ ਕੁਛ ਮੰਗਾਂ ਜਿਹੜੀਆਂ ਅਸੀਂ ਕੇਂਦਰ ਤੋਂ ਜਾਂ ਦਿੱਲੀ ਦਰਬਾਰ ਤੋਂ ਮੰਗਦੇ ਹਾਂ, ਦਿੱਲੀ ਤੋਂ ਮੰਗਦੇ ਹਾਂ, ਉਹ ਆ ਕਿ ਵੀ ਸਾਡੇ ਜੇ ਸੱਭਿਆਚਾਰ ਨੂੰ ਜਿਹਨੂੰ ਜਿਵੇਂ ਖੋਰਾ ਲੱਗ ਰਿਹਾ, ਸਾਡੇ ਸਾਡੀ ਇੱਥੋਂ ਦੀ ਡੈਮੋਗ੍ਰਾਫੀ ਨੂੰ ਖੋਰਾ ਲੱਗ ਰਿਹਾ, ਇੱਥੇ ਬਾਹਰੋਂ ਆ ਕੇ ਸੈਟਲਰਸ ਬਹੁਤ ਵੱਸ ਰਹੇ ਆ, ਸਾਡੀ ਨੂੰ ਸਾਡੀ ਸੱਭਿਆਚਾਰ ਨੂੰ ਲੱਗ ਰਿਹਾ, ਸਾਡੀਆਂ ਨੌਕਰੀਆਂ ਜਾ ਰਹੀਆਂ, ਸਾਡੀ ਅਰਥਚਾਰਾ ਖਤਮ ਹੋ ਰਿਹਾ, ਤਾਂ ਇਹ ਸਾਰੇ ਨੂੰ ਸਹੀ ਰੱਖਣ ਵਾਸਤੇ, ਜੋ ਪ੍ਰੋਟੈਕਟ ਕਰਨ ਵਾਸਤੇ ਸਾਨੂੰ 371 ਆਰਟੀਕਲ 371 ਵਰਗੀਆਂ ਵਿਸ਼ੇਸ਼ ਸੁਵਿਧਾਵਾਂ ਦਿੱਤੀਆਂ ਜਾਣ। ਇਹ ਨਹੀਂ ਕਿ ਅਸੀਂ ਕੋਈ ਵਿਲੱਖਣ ਚੀਜ਼ ਮੰਗ ਰਹੇ ਹਾਂ ਕਿ ਇੱਥੇ ਹੋਇਆ ਹੀ ਨਹੀਂ, ਇੱਥੇ ਕੋਈ ਆਡੀ ਚੀਜ਼ ਮੰਗ ਰਹੇ ਹਾਂ। ਭਾਰਤ ਦੇ ਵਿੱਚ ਤਕਰੀਬਨ 11-12 ਸੂਬਿਆਂ ਨੂੰ ਇਹ ਵਿਸ਼ੇਸ਼ ਅਧਿਕਾਰ ਮਿਲੇ ਹੋਏ ਆ, ਜਿਨ੍ਹਾਂ 'ਚੋਂ ਪੂਰਬੀ ਰਾਜ ਵੀ ਹੈਗੇ ਆ, ਤੇਲੰਗਾਨਾ ਵੀ ਹੈਗਾ, ਜਿਨ੍ਹਾਂ 'ਚੋਂ ਗੁਜਰਾਤ ਦੇ ਵੀ ਕੁਛ ਖੇਤਰ ਹੈਗੇ ਆ। ਸੋ ਪੰਜਾਬ ਜੇ ਕੁਛ ਮੰਗ ਰਿਹਾ ਇਹ ਚੀਜ਼ ਮੰਗ ਰਹੇ ਹਾਂ ਅਸੀਂ ਪੰਜਾਬ ਵਾਸਤੇ, ਤਾਂ ਕੋਈ ਵਿਲੱਖਣ ਚੀਜ਼ ਨਹੀਂ ਮੰਗ ਰਹੇ, ਆਪਦਾ ਹੱਕ ਹੀ ਮੰਗ ਰਹੇ। ਦੂਸਰੀ ਗੱਲ ਹੈ ਕਿ ਵੀ ਸਾਡੀ ਜੋ ਅਰਥਚਾਰੇ ਦੀ ਹਾਲਤ ਆ, ਜੋ ਸਾਡਾ ਇਸ ਟਾਈਮ ਇਕੋਨਮੀ ਦੀ ਹਾਲਤ ਆ, ਉਹ ਕਿਸੇ ਅੱਖੋਂ ਪਰੋਖੇ ਨਹੀਂ ਗੀ ਸਾਡੇ। ਸਾਨੂੰ ਪਤਾ ਕਿ ਅਸੀਂ ਕਰਜ਼ਾਈ ਹੋ ਚੁੱਕੇ ਹਾਂ, ਬਹੁਤ ਬੁਰਾ ਹਾਲ ਆ, ਅਤੇ ਉਹਦੇ ਕਰਕੇ ਪੰਜਾਬ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਮਿਲਣਾ ਚਾਹੀਦਾ। ਉਹਦੇ ਵਿੱਚ ਵੀ ਜਿਹੜਾ ਗਾਡਗਿਲ ਫਾਰਮੂਲਾ ਬਣਿਆ ਸੀ, ਉਹਦੇ ਵਿੱਚ ਪੰਜਾਬ ਪੂਰਾ ਉੱਤਰਦਾ। ਪੰਜਾਬ ਇੱਕ ਵਾਹਦ ਉਹ ਇਲਾਕਾ, ਅੱਜ ਤੇਲੰਗਾਨਾ ਮੰਗ ਰਿਹਾ, ਉਹ ਆਂਧਰਾ ਪ੍ਰਦੇਸ਼ ਮੰਗਦਾ, ਕਹਿੰਦਾ ਸਾਡੇ ਕੋਲ ਕੈਪੀਟਲ ਹੈ ਨਹੀਂ, ਸਾਡੇ ਕੋਲ ਤਾਂ 1966 ਤੋਂ ਹੀ ਸਾਡੀ ਰਾਜਧਾਨੀ ਖੋਈ ਵੀ ਆ। ਬਾਰਡਰ ਏਰੀਆ ਨੂੰ ਮਿਲਣਾ ਚਾਹੀਦਾ, ਅਸੀਂ ਬਾਰਡਰ ਦੇ ਉੱਤੇ ਹੈਗੇ ਹਾਂ, 50 ਕਿਲੋਮੀਟਰ ਤੱਕ ਦਾ ਬਾਰਡਰ ਤੋਂ ਜਿਹੜਾ ਇਲਾਕਾ, 425 ਕਿਲੋਮੀਟਰ ਦਾ ਬਾਰਡਰ, 50 ਕਿਲੋਮੀਟਰ ਤੱਕ ਦਾ ਜਿਹੜਾ ਇਲਾਕਾ ਹੈ ਉਹਨੂੰ ਸਰਕਾਰ ਨੇ ਇੱਕ ਸੈਂਸਿਟਿਵ ਏਰੀਆ ਕੀਤਾ ਹੋਇਆ, ਤਾਂ ਤੁਸੀਂ ਹੁਣ ਸੋਚੋ ਕਿ ਬਾਕੀ ਪੰਜਾਬ ਕਿੰਨਾ ਕੁ ਬਚ ਜਾਂਦਾ। ਉਸ ਵਾਸਤੇ ਸਪੈਸ਼ਲ ਰਿਬੇਟਸ ਹੋਣ, ਉੱਥੇ ਟੈਕਸ ਫਰੀ ਜ਼ੋਨਸ ਹੋਣ, ਸਮਾਲ ਆਰਮਸ ਦੀ ਉੱਥੇ ਲਾਈਸੈਂਸਿਸ ਮਿਲਣ, ਤਾਂ ਕਿ ਜਦੋਂ ਵੀ, ਕਿਉਂਕਿ ਉਸ ਇਲਾਕੇ ਨੇ ਆਪਦੀ ਹਿੱਕ 'ਤੇ ਖਾਣਾ ਸਾਰਾ ਕੁਛ, ਜਿਹੜੇ ਸਾਡੇ ਬਾਰਡਰਸ ਆ ਉਹ ਖੋਲ੍ਹੇ ਜਾਣ, ਸਾਡਾ ਵਪਾਰ ਹੋਵੇ। 4 ਬਾਰਡਰਸ ਇੰਪੋਰਟੈਂਟ ਹੈਗੇ ਆ ਪੰਜਾਬ ਵਾਸਤੇ ਖੋਲ੍ਹੇ ਜਾਣੇ, ਫਾਜ਼ਿਲਕਾ ਦੇ ਨੇੜੇ ਜਿਹੜਾ ਸੁਲੇਮਾਨ ਕੀ ਬਾਰਡਰ ਆ ਉਹ ਖੋਲ੍ਹਣਾ ਚਾਹੀਦਾ, ਕਿਉਂਕਿ ਉਹ ਮੁਲਤਾਨ ਨਾਲ ਕਨੈਕਟ ਹੁੰਦਾ। ਇਸੇ ਤਰ੍ਹਾਂ ਕਸੂਰ ਰਾਹੀਂ ਹੁਸੈਣੀ ਵਾਲਾ ਖੁੱਲ੍ਹਣਾ ਚਾਹੀਦਾ,
ਇਕੱਲੇ ਵਾਘੇ ਦੀ ਗੱਲ ਨਹੀਂ ਕਰਨੀ ਚਾਹੀਦੀ, ਵਾਘਾ ਵੀ ਖੁੱਲ੍ਹਣਾ ਚਾਹੀਦਾ, ਬਿਕੋਜ਼ ਉਹ ਵੀ ਇੰਪੋਰਟੈਂਟ ਆ। ਅਤੇ ਉਸ ਤੋਂ ਇਲਾਵਾ ਜਿਹੜਾ ਸ਼ਿਪਕੀਲਾ ਪਾਸ ਹੈਗਾ ਹਿੰਦੁਸਤਾਨ ਤਿੱਬਤ ਹਾਈਵੇ, ਬਹੁਤ ਐਂਸ਼ੀਅੰਟ ਰੂਟ ਸੀਗਾ, ਉਹ ਵੀ ਖੁੱਲ੍ਹਣਾ ਚਾਹੀਦਾ। ਇਕੱਲਾ ਤਾਂ ਪੰਜਾਬ ਨੂੰ ਨਹੀਂ, ਇਹ ਸਾਰੇ ਬਾਰਡਰਸ ਖੁੱਲ੍ਹਣ ਦੇ ਸਾਰੇ ਖਿੱਤੇ ਨੂੰ ਫਾਇਦਾ ਹੋਊਗਾ, ਨੌਰਦਰਨ ਇੰਡੀਆ ਨੂੰ, ਸਾਡੇ ਵਪਾਰੀਆਂ ਨੂੰ ਫਾਇਦਾ ਹੋਊਗਾ, ਉਹਨਾਂ ਦਾ ਵਪਾਰ ਵਧੂਗਾ। ਜਿਹੜਾ ਪੰਜਾਬੀ ਵਪਾਰੀ ਅੱਜ ਬਾਹਰ ਜਾ ਰਿਹਾ, ਉਹਨੂੰ ਵਪਾਰ ਦੇ ਇੱਥੇ ਓਪਰਚੁਨਿਟੀਜ਼ ਮਿਲਣਗੀਆਂ। ਉਹ ਇਤਿਹਾਸਕ ਤੌਰ 'ਤੇ ਹੀ ਸੈਂਟਰਲ ਏਸ਼ੀਆ ਨਾਲ ਵਪਾਰ ਕਰਦਾ ਰਿਹਾ। ਇਸ ਤੋਂ ਇਲਾਵਾ ਅਸੀਂ ਸੂਬੇ ਦੀ ਨੀਤੀ ਦੀ ਗੱਲ ਕੀਤੀ ਆ, ਮਿਸਲ ਸਤਲੁਜ ਦਾ ਇਹ ਹੈਗਾ ਕਿ ਵੀ ਅਸੀਂ ਸਾਰੀ ਟੀਮ ਜਿਹੜੀ ਹੈਗੀ ਆ ਉਹ ਪੰਜਾਬ ਕੇਂਦਰਿਤ ਨੀਤੀ ਘੜੇਗੀ। ਅੱਜ ਦੀਆਂ ਜਿੰਨੀਆਂ ਵੀ ਨੀਤੀਆਂ ਤਕਰੀਬਨ 1862 ਤੋਂ ਲੈ ਕੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਨੀਤੀਆਂ ਆਈਆਂ ਉਹ ਬਸਤੀਵਾਦੀ ਨੀਤੀਆਂ ਆਈਆਂ ਕਿ ਕੇਂਦਰ ਨੂੰ ਕੀ ਲੋੜ ਹੈ, ਦਿੱਲੀ ਨੂੰ ਕੀ ਲੋੜ ਸੀ, ਇੰਗਲੈਂਡ ਨੂੰ ਕੀ ਲੋੜ ਸੀ। ਸਾਡਾ ਇਹ ਕਹਿਣਾ ਹੈ ਕਿ ਵੀ ਸਾਡੀ ਜਿਹੜੀ ਨੀਤੀ ਹੈਗੀ ਆ, ਇੱਕ ਚਾਹੇ ਉਹ ਆਰਥਿਕ ਨੀਤੀ ਆ, ਚਾਹੇ ਕੋਈ ਸਨਅਤ ਦੀ ਨੀਤੀ ਆ, ਚਾਹੇ ਖੇਤੀਬਾੜੀ ਦੀ ਨੀਤੀ ਆ, ਚਾਹੇ ਸਾਡੇ ਇਨਵਾਇਰਮੈਂਟ ਦੀ ਨੀਤੀ ਆ, ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਪੂਰਨ ਤੌਰ 'ਤੇ ਪੰਜਾਬ ਕੇਂਦਰਿਤ ਹੋਣੀ ਚਾਹੀਦੀਆਂ ਜਾਂ ਪੰਜਾਬ ਸੈਂਟ੍ਰਿਕ ਹੋਣੀਆਂ ਚਾਹੀਦੀਆਂ। ਉਸ ਦਾ ਇੱਕ ਉਦਾਹਰਣ ਆ ਕਿ ਸਾਡੀਆਂ ਇੱਥੇ ਜਿਹੜੀਆਂ ਇੰਡਸਟਰੀ ਲੱਗੀ ਹੋਈ ਆ ਉਹਦੇ 'ਚ ਬਹੁਤ ਪੋਲਿਊਟਿੰਗ ਇੰਡਸਟਰੀ ਆ, ਸਿਰਫ 14% ਅਸੀਂ ਦੇ ਰਹੇ ਹਾਂ GDP ਦਾ ਕੰਟਰੀਬਿਊਟ ਕਰ ਰਹੇ ਹਾਂ, ਬਟ ਪੋਲਿਊਸ਼ਨ ਦਾ 57% ਹੈਗਾ। ਸੋ ਸਾਨੂੰ ਉਹਨਾਂ ਤੋਂ ਨਿਕਲ ਕੇ ਜਿਹੜੀਆਂ ਸਾਡੀਆਂ ਰਵਾਇਤੀ ਇੰਡਸਟਰੀਜ਼ ਆ, ਗੁੱਡਸ ਸਪੋਰਟਸ ਗੁੱਡਸ ਦੀਆਂ ਜਾਂ ਕੋਈ ਹੋਰ ਹੈਗੀਆਂ, ਜਾਂ ਜਿਹੜੀਆਂ ਕਿ ਹੁਣ ਮੋਹਾਲੀ ਵਰਗਾ ਸੈਂਟਰ ਜਿਹੜਾ 4th ਇੰਡਸਟਰੀਅਲ ਰੈਵੋਲਿਊਸ਼ਨ ਨਾਲ ਜਾ ਰਿਹਾ, ਉੱਧਰ ਧਿਆਨ ਦੇਣਾ ਦੀ ਲੋੜ ਹੈਗੀ ਆ, ਉਹ ਇਨਫਰਾਸਟ੍ਰਕਚਰ ਸਾਨੂੰ ਮਿਲੇ। ਤਾਂ ਇਹ ਇਸ ਤਰੀਕੇ ਨਾਲ, ਇਸੇ ਤਰੀਕੇ ਨਾਲ ਖੇਤੀ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਮੰਗ ਰਹੇ ਹਾਂ, ਪਰ ਮਿਨੀਮਮ ਸਪੋਰਟ ਪ੍ਰਾਈਸ ਸਫੀਸ਼ੀਐਂਟ ਨਹੀਂ ਗਾ। ਜਿਹੜਾ ਉਹ ਹੈਗਾ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਆ ਉਹ ਸਫੀਸ਼ੀਐਂਟ ਨਹੀਂ ਗੀ, ਅਤੇ ਉਹਦੇ ਵਿੱਚ ਜਿਹੜੀ ਹੈਗਾ ਕਿ ਵੀ ਸਾਨੂੰ ਅਸੀਂ ਹੋਰ ਵੀ ਬੈਟਰ ਆਪਸ਼ਨਸ ਦੇ ਸਕੀਏ ਆਪਦੇ ਫਾਰਮਰਸ। ਫਿਰ ਵੱਡੀ ਗੱਲ ਆਉਂਦੀ ਆ ਕਿ ਵੀ ਇੱਥੇ ਸਿੱਖ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੱਸਦਾ, ਇਹ ਵਾਹਦ ਇਲਾਕਾ, ਉਹਦੀ ਜਨਮ ਭੂਮੀ ਆ, ਇੱਥੇ ਸਾਡੀ ਗੁਰੂ ਛੋਹ ਧਰਤੀ ਆ, ਅਤੇ ਇੱਥੇ ਨਸ਼ੇ ਨਹੀਂ ਹੋਣੇ ਚਾਹੀਦੇ ਬਿਲਕੁਲ। ਅਤੇ ਨਸ਼ਿਆਂ ਤੋਂ ਵੀ ਵੱਧ ਦੀ ਗੱਲ ਆ ਕਿ ਸਾਡੇ ਤੰਬਾਕੂ ਬਿਲਕੁਲ ਬੰਦ ਹੋਣਾ ਚਾਹੀਦਾ। ਮਿਸਲ ਸਤਲੁਜ ਦੀ ਮੰਗ ਆ ਕਿ ਪੰਜਾਬ ਦੀ ਧਰਤੀ 'ਤੇ ਤੰਬਾਕੂ ਬੰਦ ਹੋਣਾ ਚਾਹੀਦਾ। ਤੰਬਾਕੂ ਮੁਗਲ ਲੈ ਕੇ ਆਏ, ਬਹੁਤ ਵੈਸ਼ਨਵ ਮਤ ਦੇ ਵਿੱਚ ਵੀ ਕਹਿੰਦੇ ਆ, ਪਰ ਗੁਰੂਆਂ ਦੀ ਇਸ ਧਰਤੀ ਦੇ ਉੱਤੇ ਤੰਬਾਕੂ ਨਾ ਵੇਚਣਾ ਅਲਾਊਡ ਹੋਣਾ ਚਾਹੀਦਾ, ਅਤੇ ਨਾ ਉਹਨੂੰ ਕਿਸੇ ਫੋਰਮ 'ਚ ਕੰਜ਼ਿਊਮ ਕਰਨਾ ਅਲਾਊਡ ਹੋਣਾ ਚਾਹੀਦਾ। ਅਤੇ ਸਿੱਖਾਂ ਦੇ ਜਿਹੜੇ ਮਸਲੇ ਆ ਉਹਦੇ 'ਚ ਹੈਗਾ ਕਿ ਵੀ ਜਿਹੜਾ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਆ, ਉਹ ਅੱਜ ਅਸੀਂ ਕੇਂਦਰ ਦੇ ਅਤੇ ਸਟੇਟ ਦੇ ਰਹਿਮੋ ਕਰਮ 'ਤੇ ਹੋ ਜਾਂਦੇ ਹਾਂ, ਕਦੀ ਉਹ ਚੋਣਾਂ ਕਰਾਉਂਦੇ ਆ ਟਾਈਮਲੀ ਨਹੀਂ ਕਰਾਉਂਦੇ। ਅਤੇ ਵੈਸੇ ਵੀ ਜਿਹੜਾ ਉਹ ਐਕਟ ਬਣਿਆ ਹੋਇਆ ਉਹ ਇੱਕ ਮੈਨੇਜਮੈਂਟ ਐਕਟ ਬਣਾ ਤਾ ਅੰਗਰੇਜ਼ਾਂ ਨੇ, ਠੀਕ ਆ। ਉਹਦੇ ਵਿੱਚ ਸਾਨੂੰ ਪੂਰਨ ਖੁਦਮੁਖਤਿਆਰੀ ਚਾਹੀਦੀ ਆ, ਤਾਂ ਕਿ ਸਿੱਖ ਆਪਦੇ ਸ਼ਰਾਈਨਸ ਨੂੰ, ਆਪਦੇ ਗੁਰੂ ਘਰਾਂ ਨੂੰ ਉਸ ਤਰੀਕੇ ਨਾਲ ਮੈਨੇਜ ਕਰ ਸਕਣ ਜਿਹੜੀ ਸਿੱਖੀ ਦੀ ਭਾਵਨਾ ਜਾਂ ਰਵਾਇਤ 'ਚੋਂ ਨਿਕਲੇ। ਜੇ ਤੁਸੀਂ ਐਕਟ ਨੂੰ ਪੜ੍ਹੋਗੇ ਧਿਆਨ ਨਾਲ, ਉਹਦੇ ਵਿੱਚ ਸਿਰਫ ਇੱਕ ਮੈਨੇਜ ਕਰਨ ਦੇ ਤਰੀਕੇ ਆ, ਜਿਹੜੇ ਪਿਓਰਲੀ ਪੱਛਮ ਦੇ ਤਰੀਕੇ ਹੈਗੇ ਆ, ਉਹ ਸਿੱਖੀ ਰਵਾਇਤ 'ਚੋਂ ਨਿਕਲੇ ਹੋਏ ਤਰੀਕੇ ਨਹੀਂ ਗਏ। ਉਸ ਤੋਂ ਇਲਾਵਾ ਜਿਹੜੇ ਪੰਜਾਬ ਤੋਂ ਬਾਹਰ ਵੱਸਦੇ ਸਿੱਖ ਆ, ਸਿੱਖਾਂ ਨੇ ਬਹੁਤ ਕੁਰਬਾਨੀ ਦਿੱਤੀ ਹੈ ਇਸ ਦੇਸ਼ ਵਾਸਤੇ, ਸਪੋਰਟਸ ਤੋਂ ਲੈ ਕੇ ਹੋਰ ਐਗਰੀਕਲਚਰ, ਹੋਰ ਐਕਟੀਵਿਟੀਜ਼ 'ਚ, ਡਿਫੈਂਸ 'ਚ ਅੱਜ ਬਹੁਤ ਹੇਕ ਦੇ ਰਹੇ ਆ। ਨੈਸ਼ਨਲ ਜਿਹੜੀ ਡਿਵੈਲਪਮੈਂਟ ਆ, ਇਕੋਨਮੀ, ਉਹਦੇ ਵਿੱਚ ਬਹੁਤ ਪਾਰਟੀਸਪੇਟ ਕਰ ਰਹੇ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਆ। ਉਹਨਾਂ ਵਾਸਤੇ ਜਿਵੇਂ ਕਿਸੇ ਐਂਗਲੋ ਇੰਡੀਅਨਸ ਨੂੰ ਸਪੈਸ਼ਲ ਸੀਟਸ ਮਿਲਦੀਆਂ, ਨੋਮੀਨੇਟਡ ਸੀਟਸ, ਤਾਂ ਅਪਾਰਟ ਫਰੋਮ ਇਲੈਕਟਿਡ ਮੈਂਬਰਸ, ਸਾਡੀਆਂ ਪਾਰਲੀਮੈਂਟ ਦੇ ਵਿੱਚ ਅਤੇ ਵੱਖ ਵੱਖ ਵਿਧਾਨ ਸਭਾਵਾਂ ਦੇ ਵਿੱਚ ਸੀਟਸ ਦੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਆ। ਅਤੇ ਲਾਸਟਲੀ ਜਿਹੜੀ ਗੱਲ ਆ ਕਿ ਵੀ ਧਰਮ ਦੇ ਵਿੱਚ ਬਹੁਤ ਜ਼ਿਆਦਾ ਇੰਟਰਫੇਰੈਂਸ ਹੁੰਦੀ ਆ ਸਰਕਾਰ ਵੱਲੋਂ, ਹਾਲਾਂਕਿ ਭਾਰਤ ਇਹ ਕਹਿੰਦਾ ਵੀ ਅਸੀਂ ਸੈਕੂਲਰ ਦੇਸ਼ ਹਾਂ, ਬਟ ਸਿੱਖ ਧਰਮ ਦੇ ਵਿੱਚ ਬਹੁਤ ਇੰਟਰਫੇਰੈਂਸ ਹੁੰਦੀ ਆ ਵੱਖ ਵੱਖ ਰੂਪ 'ਚ, ਜਿਵੇਂ ਗੁਰਦੁਆਰਾ ਐਕਟ 'ਚ ਹੀ ਆ ਇੰਟਰਫੇਰੈਂਸ ਆ ਕਿ ਇਲੈਕਸ਼ਨਸ ਕਦੋਂ ਕਰਾਉਣੇ ਨਹੀਂ ਕਰਾਉਣੇ। ਲੇਟਲੀ ਆਮ ਆਦਮੀ ਪਾਰਟੀ ਨੇ
ਪੀਟੀਸੀ ਦੇ ਉੱਤੇ ਲਾਇਆ ਸੀਗਾ ਵੀ ਚੱਲਣਾ ਕਿ ਨਹੀਂ, ਉਹ ਅਲੱਗ ਗੱਲ ਹੈ ਕਿ ਵੀ ਚੱਲਣੀ ਚਾਹੀਦੀ ਹੈ ਨਹੀਂ ਚਾਹੀਦੀ, ਬਟ ਉਹ ਸਾਡਾ ਇੰਟਰਨਲ ਮਾਮਲਾ, ਉਹਨੂੰ ਮਸਲੇ ਨੂੰ ਹੱਲ ਅਸੀਂ ਆਪ ਕਰਨਾ। ਹਜ਼ੂਰ ਸਾਹਿਬ ਦੀ ਟਰੱਸਟ ਬੋਡੀ ਨੂੰ ਤੋੜਿਆ ਗਿਆ, ਉਹਨੂੰ ਡਿਫਾਈਨ ਫਿਰ ਦੁਬਾਰਾ ਰਿਵਰਟ ਕੀਤਾ ਗਿਆ। ਸੋ ਇਹ ਇੱਕ ਵਾਰੀ ਨਹਿਰੂ ਤਾਰਾ ਸਿੰਘ ਪੈਕਟ ਹੋਇਆ ਸੀ, ਉਸ ਪੈਕਟ ਉਹ ਜ਼ੁਬਾਨੀ ਜ਼ੁਬਾਨੀ ਰਹਿ ਗਿਆ, ਅੱਜ ਉਹਦਾ ਨੈਸ਼ਨਲ ਕੋਈ ਲਾਅ ਬਣਨਾ ਚਾਹੀਦਾ ਕਿ ਵੀ ਇਹ ਜੀ ਕੋਈ ਹੋਵੇ ਨਾ। ਇਹ ਸਾਰਾ ਕੁਛ ਇਹ ਸਾਡਾ ਮੰਗ ਹੈਗੀ ਹੈ, ਇਹ ਅਸੀਂ ਇਹਨਾਂ ਕੰਮਾਂ 'ਤੇ ਮੰਗਾਂ ਵੀ ਆ ਇਹਨਾਂ 'ਤੇ, ਕੁਛ ਅਸੀਂ ਜਿਹਨਾਂ ਰਸਤਰਾਹਾਂ 'ਤੇ ਤੁਰਨਾ ਉਹ ਵੀ ਦੱਸੇ ਆ ਕਿ ਅਸੀਂ ਨੀਤੀਆਂ ਕਿਸ ਤਰੀਕੇ ਦੀਆਂ ਡਿਵੈਲਪ ਕਰਨੀ ਹੈ ਅਤੇ ਉਹਨਾਂ ਨੂੰ ਲਾਗੂ ਕਰਨਾ। ਹੁਣ ਮਸਲਾ ਆ ਜਾਂਦਾ ਕਿ ਇਹ ਕੀਤਾ ਕਿਵੇਂ ਜਾ ਸਕਦਾ। ਪਹਿਲੀ ਗੱਲ ਆ, ਮਿਸਲ ਸਤਲੁ ਚਾਰ ਸਟੈਪਸ ਦੇ ਵਿੱਚ ਕਰੂਗੀ ਅਤੇ ਉਹ ਅਸੀਂ ਕਰ ਵੀ ਰਹੇ ਹਾਂ। ਹਾਲਾਂਕਿ ਮਿਸਲ ਸਤਲੁਜ ਦਾ ਜਿਹੜਾ ਹੈਗਾ ਉਹ ਸਾਲ ਤੋਂ ਥੋੜ੍ਹਾ ਜਿਹਾ ਵੱਧ ਪੁਰਾਣੀ ਆ, ਬਟ ਜਿੰਨੇ ਵੀ ਲੋਕ ਇਹਦੇ ਨਾਲ ਜੁੜੇ ਹੋਏ ਉਹ ਵੱਖ ਵੱਖ ਸੰਘਰਸ਼ਾਂ 'ਚੋਂ ਆਏ ਹੋਏ ਹੈਗੇ ਆ। ਕਿਸੇ ਦਾ 20-25-30 ਸਾਲ ਦਾ ਐਕਸਪੀਰੀਅੰਸ ਹੈ, ਕੁਛ ਨੌਜਵਾਨ ਆ ਜਿਹੜੇ ਹਲੇ 5-7 ਸਾਲ ਤੋਂ ਜਦੋਂ ਦੀ ਉਹਨਾਂ ਨੇ ਜਵਾਨੀ ਦੀ ਦਹਲੀਜ਼ ਤੋਂ ਆ ਕੇ ਪੈਰ ਰੱਖਿਆ ਤਾਂ ਉਹ ਸੰਘਰਸ਼ਾਂ 'ਚ ਹੈਗੇ ਆ। ਸੋ ਸਾਰੇ ਤਰੀਕੇ ਦੇ ਅਸੀਂ ਲੋਕ ਜੁੜੇ ਹੋਏ ਹਾਂ ਇਹਦੇ ਵਿੱਚ, ਅਤੇ ਇੱਕ ਸੰਗਤੀ ਰੂਪ 'ਚ ਫੈਸਲੇ ਲੈਂਦੇ ਹਾਂ। ਅਤੇ ਉਹ ਕਰੂਗੀ ਕਿਵੇਂ ਕਿ ਪਹਿਲੀ ਗੱਲ ਆ ਅਵੇਅਰਨੈਸ ਲੋਕਾਂ 'ਚ ਗਾਉਣੀ, ਉਹ ਲਗਾਤਾਰ ਕਰ ਵੀ ਰਹੇ ਹਾਂ। ਜਿਵੇਂ ਮੱਤੇਆੜੇ ਦੀ ਪ੍ਰੋਟੈਸਟ 'ਚ ਸੀਗੇ, ਸਪੋਰਟ ਕਰ ਰਹੇ ਸੀਗੇ, ਜ਼ੀਰੇ ਫੈਕਟਰੀ 'ਚ ਕੀਤੀ, ਫਿਰ ਕਲਖੁਰ ਦੇ ਨੇੜੇ ਮੁਦਕੀ ਮੋਰਚਾ ਲਾਇਆ ਜਿਹੜਾ ਪਾਣੀਆਂ ਨੂੰ ਲੈ ਕੇ ਸੀ, ਪਿੱਛੇ ਹੁਣ ਆਪਣਾ ਹੈਰੀਟੇਜ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਵਿਰਾਸਤੀ ਜਿਹੜੀ ਚੌਂਕੀ ਸੀ ਉੱਥੇ ਇੰਟਰਫੇਰੈਂਸ ਹੋ ਗਈ ਸੀ ਫੈਕਟਰੀ ਦੀ, ਉਹਨੂੰ ਖਤਮ ਕੀਤਾ, ਉਸ ਸੰਘਰਸ਼ 'ਚ ਰਹੇ। ਸੋ ਵੱਖ ਵੱਖ ਸੰਘਰਸ਼ਾਂ 'ਚ ਆਪਾਂ ਰਹੇ ਹਾਂ ਅਤੇ ਕਰ ਰਹੇ ਹਾਂ, ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੇ ਵਿੱਚ ਪੂਰਾ ਹੈਗਾ। ਤਾਂ ਇਸ ਤਰੀਕੇ ਨਾਲ ਅਵੇਅਰ ਸੰਘਰਸ਼ 'ਚ ਵੀ ਪਾਰਟ ਲੈਂਦੀ ਹੈ ਮਸਲ ਸਤਲੁਜ, ਅਵੇਅਰਨੈਸ ਜਗਾਉਂਦੇ ਹਾਂ ਵਿਦ ਵੇਰੀਅਸ ਕਾਇੰਡਸ ਆਫ ਸੈਮੀਨਾਰ, ਹੋਰ ਵੀ ਵਧਾਵਾਂਗੇ ਇੰਟਲੈਕਚੁਅਲਸ ਨਾਲ ਨੂੰ ਮਿਲ ਕੇ, ਜਿਵੇਂ ਖੇਤੀ ਨੀਤੀ ਕੀ ਹੋਵੇ, ਆਪਣਾ ਆਰਥਿਕ ਨੀਤੀ ਕੀ ਹੋਵੇ, ਉਹਦੇ 'ਚ ਚੈਂਬਰ ਆਫ ਕਾਮਰਸ ਜਿਹੜਾ ਹੈਗਾ ਉਹਨਾਂ ਨਾਲ, ਅਤੇ ਅੱਡ ਅੱਡ ਚੈਂਬਰਸ ਡਿਵੈਲਪ ਕਰ ਰਹੇ ਹਾਂ ਜਿਹੜੇ ਫੋਰ ਐਗਜ਼ਾਮਪਲ ਆਈ ਟੀ 'ਤੇ ਅਤੇ AI 'ਤੇ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਐਜੂਕੇਸ਼ਨ ਸਿਸਟਮ 'ਤੇ, ਉਹ ਟਾਈਅਪਸ ਆ ਉਹ ਤੁਸੀਂ ਜੂਨ 'ਚ ਉਹਨਾਂ ਨੂੰ ਗਰਾਊਂਡ 'ਤੇ ਵੀ ਵੇਖਣ ਲੱਗ ਜਾਓਗੇ, ਥੋੜ੍ਹਾ ਜਿਹਾ ਐਫਰਟ ਹੈਗਾ ਕੀਤਾ ਹੋਇਆ ਉਹਦੇ ਨਾਲ। ਸੋ ਇਹ ਐਫਰਟ ਕਰ ਰਹੇ ਹਾਂ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਵੀ ਇਹ ਸਾਰਾ ਕੁਛ ਕਰਨ ਦੇ ਨਾਲ ਨਾਲ ਜਿੰਨੀ ਦੇਰ ਤੁਸੀਂ ਗ੍ਰਾਸਰੂਟ ਪੋਲੀਟਿਕਸ 'ਚ ਨਹੀਂ ਆਉਂਦੇ, ਚੋਣ ਨੀਤੀ 'ਚ ਨਹੀਂ ਆਉਂਦੇ, ਜਿੰਨੀ ਦੇਰ ਉਹ ਸਪੇਸ ਨੂੰ ਤੁਸੀਂ ਖਾਲੀ ਛੱਡ ਦਿੰਦੇ ਤਾਂ ਤੁਸੀਂ ਇਫੈਕਟਿਵ ਨਹੀਂ ਹੋ ਸਕਦੇ। ਸੋ ਮਿਸਲ ਸਤਲੁਜ ਆਉਣ ਵਾਲੇ ਸਮੇਂ 'ਚ ਚੋਣਾਂ 'ਚ ਵੀ ਇਲੈਕਸ਼ਨ ਪੋਲੀਟਿਕਸ 'ਚ ਵੀ ਆਊਗੀ ਹਰ ਤਰੀਕੇ ਦੀ, ਚਾਹੇ ਸ਼੍ਰੋਮਣੀ ਕਮੇਟੀ ਦੀ ਆ, ਚਾਹੇ ਲੋਕ ਸਭਾ ਦੀ ਆ, ਵਿਧਾਨ ਸਭਾ ਦੀ, ਉਹ ਸਪੇਸ ਵੀ ਅਸੀਂ ਖਾਲੀ ਨਹੀਂ ਛੱਡਾਂਗੇ ਅਤੇ ਉਹਦੇ ਵਿੱਚ ਵੀ ਪਾਰਟੀਸਪੇਟ ਕਰਾਂਗੇ। ਪਰ ਮੁੱਖ ਜਿਹੜਾ ਟੀਚਾ ਫਿਰ ਰਹਿੰਦਾ, ਬਿਕੋਜ਼ ਇਹ ਇੱਕ ਲਹਿਰ ਹੈਗੀ ਆ, ਇਹ ਲਹਿਰ ਦਾ ਮੁੱਖ ਟੀਚਾ ਇਹ ਰਹੂਗਾ ਕਿ ਕਿਸੇ ਤਰੀਕੇ ਨਾਲ ਵੀ, ਕਿਉਂਕਿ ਇਹ ਸਾਰਾ ਕੁਛ ਜੇ ਪੂਰਾ ਕਰਨਾ ਹੈ ਤਾਂ ਤੁਹਾਨੂੰ ਤੁਹਾਡੀ ਮਾਂ ਪਾਰਟੀ ਚਾਹੀਦੀ ਹੈ, ਤੁਹਾਨੂੰ ਉਹ ਸੰਸਥਾ ਜਾਂ ਜਥੇਬੰਦੀ ਚਾਹੀਦੀ ਹੈ ਜਿਹੜੀ ਤੁਹਾਡੇ ਬਜ਼ੁਰਗਾਂ ਨੇ ਡਿਵੈਲਪ ਕੀਤੀ ਆ, ਤਾਂ ਉਹਨੂੰ ਆਜ਼ਾਦ ਕਰਵਾ ਕੇ, ਉਹਨੂੰ ਦੁਬਾਰਾ ਰੀਕਲੇਮ ਕਰਕੇ ਪੰਥ ਵਾਸਤੇ, ਉਹਨੂੰ ਲਿਬਰੇਟ ਕਰਾ ਕੇ ਅਤੇ ਉਹਨੂੰ ਰੀਜੂਵੀਨੇਟ ਕਰਨਾ ਜਾਂ ਉਸ ਦੁਬਾਰਾ ਮੁੜ ਸੁਰਜੀਤ ਕਰਨਾ ਅਕਾਲੀ ਸਿਧਾਂਤਾਂ 'ਤੇ, ਅਕਾਲੀ ਲਹਿਰ ਦੀ ਸਿਧਾਂਤਾਂ ਦੇ ਉੱਤੇ। ਅਤੇ ਕੁਛ ਵੀ ਕਰਨ ਵਾਸਤੇ, ਜੇ ਆਪਾਂ ਕੁਛ ਵੀ ਕਰਨਾ ਚਾਹੁੰਦੇ ਹਾਂ, ਹੈ ਉਹਦੇ ਵਾਸਤੇ ਸਟਰਕਚਰ ਬਹੁਤ ਇੰਪੋਰਟੈਂਟ, ਢਾਂਚਾ ਕਿਹੋ ਜਿਹਾ। ਜੇ ਢਾਂਚੇ 'ਚ ਵਿਗਾੜ ਆ ਗਿਆ, ਜੇ ਤੁਹਾਡੇ ਸਟਰਕਚਰ 'ਚ ਔਰਗਨਾਈਜੇਸ਼ਨ 'ਚ ਵਿਗਾੜ ਆ ਗਿਆ, ਤਾਂ ਅੱਗੇ ਵਿਗਾੜ ਤਾਂ ਫੋਲੋ ਕਰਦੇ। ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿਗਾੜ ਵੀ ਵੇਖੋ, ਤਾਂ 1974 'ਚ ਵਿਗਾੜ ਨਹੀਂ ਸੀਗੇ, 1 ਅਪ੍ਰੈਲ 2004 ਨੂੰ ਤੌੜਾ ਸਾਹਿਬ ਪੂਰੇ ਹੁੰਦੇ ਆ, ਅਤੇ ਜੁਲਾਈ ਦੇ ਜਿਹੜੀ ਸੀਗੀ ਆਈ ਆ 2004 ਦੀ, ਤਾਂ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਇੱਕ ਵੱਖਰੀ ਰੂਪ 'ਚ ਆ ਗਈ, ਕਿਉਂਕਿ ਸਾਰੇ ਅਧਿਕਾਰ ਉਹਨਾਂ ਨੇ ਖਤਮ ਕਰਕੇ ਇੱਕ ਪ੍ਰਧਾਨ ਦੇ ਵਿੱਚ ਪਾ ਦਿੱਤੇ। ਸੋ ਜਿੱਥੇ ਵੀ ਇਸ ਟਾਈਪ ਦਾ ਸਟਰਕਚਰ ਆ, ਜਿੱਥੇ ਕੋਈ ਪ੍ਰਧਾਨ ਆ, ਕੋਈ ਆਪਣੇ ਉਹਦੇ ਹੇਠਾਂ ਕੋਰ ਕਮੇਟੀਜ਼ ਆ ਜਾਂ ਉਹ ਸਟਰਕਚਰ ਦਾ, ਉਹ ਸਟਰਕਚਰ ਹਮੇਸ਼ਾ ਤੁਹਾਨੂੰ ਨੁਕਸਾਨ ਦੇਣਗੇ। ਸਾਨੂੰ ਗੁਰੂਆਂ ਨੇ ਵੀ ਬਹੁਤ ਪਹਿਲਾਂ ਇਹ ਦੱਸਤਾ ਸੀਗਾ ਕਿ ਵੀ ਕੋਈ
ਪੰਜ ਪਿਆਰੇ ਹੋਣ ਜਾਂ ਕਿਸੇ ਤਰੀਕੇ ਦੇ ਬਾਰੇ ਕੋਈ ਕਮੇਟੀ ਹੋਵੇ ਜਿਹੜੀ ਕੰਸੈਂਸਸ 'ਚ ਡਿਸੀਜਨ ਲਵੇ, ਨਾ ਕਿ ਮਤਲਬ ਇੱਕ ਕੋਈ ਡੈਮੋਕਰੈਟਿਕ ਜਿਵੇਂ ਕਹਿੰਦੇ ਮੈਜੋਰਿਟੀ ਡਿਸੀਜਨ ਨਹੀਂ ਪਰ ਕੰਸੈਂਸਸ 'ਚ ਡਿਸੀਜਨ ਲਵੇ। ਸੋ ਮਿਸਲ ਸਤਲੁਜ ਨੇ ਉਸੇ ਤਰੀਕੇ ਦਾ ਸਟਰਕਚਰ ਆਪਦਾ ਬਣਾਇਆ ਕਿ ਜਿਹੜਾ ਗਰੁੱਪ ਉੱਤੇ ਬੈਠਦਾ ਉਹ ਸਾਰਾ ਡਿਸੀਜਨ ਲੈਂਦੇ ਆ, ਪਰ ਉਹ ਡਿਸੀਜਨ ਸਰਬਸੰਮਤੀ ਦਾ ਹੁੰਦਾ, ਨਾ ਕਿ ਕਿਸੇ ਡੈਮੋਕਰੈਟਿਕ ਤਰੀਕੇ ਦਾ। ਪਰ ਵੱਡੇ ਏਰੀਏ ਦੇ ਵਿੱਚ ਇਸ ਤਰੀਕੇ ਦੇ ਆਈਡੀਆਜ਼ ਨੂੰ ਔਰਗਨਾਈਜੇਸ਼ਨ ਦੇ ਵਿੱਚ ਲਿਆਉਣਾ ਅਤੇ ਦੂਰ ਤੱਕ ਫਲੈਟ ਔਰਗਨਾਈਜੇਸ਼ਨ ਖੜੀ ਕਰਨ ਵਾਸਤੇ ਤੁਹਾਨੂੰ ਟੈਕਨੋਲੋਜੀ ਦੀ ਬਹੁਤ ਲੋੜ ਪੈਂਦੀ ਹੈ, ਕਿਉਂਕਿ ਭੂਗੋਲਿਕ ਖੇਤਰ ਵੱਡਾ ਹੋ ਜਾਂਦਾ, ਬੰਦਿਆਂ ਦੀ ਗਿਣਤੀ ਵੱਡੀ ਹੋ ਜਾਂਦੀ ਆ, ਤਾਂ ਕਈ ਵਾਰੀ ਕਿਸੇ ਇਲਾਕੇ 'ਚੋਂ ਆਵਾਜ਼ ਤੁਹਾਡੇ ਤੱਕ ਪਹੁੰਚਦੀ ਨਹੀਂ ਗੀ। ਸੋ ਸਾਰੀ ਜਗ੍ਹਾ ਪਹੁੰਚਾਉਣ ਵਾਸਤੇ ਟੈਕਨੋਲੋਜੀ ਦਾ ਬਹੁਤ ਵਰਤੋਂ ਆ। ਤਾਂ ਮਿਸਲ ਸਤਲੁਜ ਨੇ ਇੱਕ ਆਪਦੀ ਐਪ ਡਿਵੈਲਪ ਕੀਤੀ ਆ, ਉਹ ਐਪ ਰਾਹੀਂ ਅਸੀਂ ਰਜਿਸਟਰ ਕਰ ਰਹੇ ਹਾਂ। ਉਹ ਰਜਿਸਟਰੇਸ਼ਨ ਹੁਣ ਆਪਣਾ 1 April ਤੋਂ ਬਾਅਦ ਸ਼ੁਰੂ ਕਰ ਦਾਂਗੇ ਅਸੀਂ ਉਹਦੇ ਵਿੱਚ ਰਜਿਸਟਰੇਸ਼ਨ ਆਪਦੇ ਮੈਂਬਰਸ ਦੀ। ਉਹਨੇ ਕੋਈ ਓਪੀਨੀਅਨ ਦੇਣਾ, ਕੋਈ ਉਹਨੇ ਆਈਡੀਆ ਦੇਣਾ, ਕੋਈ ਥੋਟ ਦੇਣੀ ਆ, ਤਾਂ ਉਹਦੇ ਵਿੱਚ ਦੇ ਸਕਦੇ ਆ ਅਤੇ ਉਹਦਾ ਰਿਸਪੋਂਸ ਆਊਗਾ। ਲੋਕਾਂ ਦਾ ਬਹੁ ਸੰਮਤੀ ਸੰਗਤੀ ਰੂਪ 'ਚ ਫੈਸਲੇ ਲੈਣ ਵਾਸਤੇ ਉਹਦੀ ਸੌਖ ਰਹੂਗੀ। ਸੋ ਮੋਟੇ ਤੌਰ 'ਤੇ ਮੈਂ ਦੁਬਾਰਾ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਇਸ ਟਾਈਮ ਐਸੀ ਜਗ੍ਹਾ 'ਤੇ ਖੜ੍ਹਾ ਜਿਹਦੇ ਵਿੱਚ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਨਹੀਂ। ਜਿੰਨੀਆਂ ਪਾਰਟੀਆਂ ਉਹ ਬਾਹਰ ਦੀ ਗੱਲ ਕਰ ਰਹੇ, ਉਹ ਰਾਸ਼ਟਰਵਾਦ ਦੇ ਐਂਗਲ ਤੋਂ ਗੱਲ ਕਰ ਰਹੀਆਂ, ਉਹ ਇੰਡੀਅਨ ਨੈਸ਼ਨਲਿਜ਼ਮ ਦੇ ਐਂਗਲ ਕਰਦੀਆਂ, ਪਰ ਪੰਜਾਬ ਨੂੰ ਸੈਂਟਰਿਕ ਹੋ ਕੇ ਕੋਈ ਨਹੀਂ ਸੋਚ ਰਿਹਾ। ਮਿਸਲ ਸੋਚਲਿਸਟ ਦਾ ਇਹ ਤਹੀ ਹੈ ਕਿ ਵੀ ਮੁੜ ਅਕਾਲੀ ਲਹਿਰ ਨੂੰ ਜੀਵਤ ਕਰਨਾ ਅਤੇ ਉਹਨੂੰ ਖੜ੍ਹਾ ਕਰਕੇ ਪੰਜਾਬ ਨੂੰ ਉਸ ਦਿਸ਼ਾ ਲੈ ਕੇ ਜਾਣਾ। ਇਹ ਅਸੀਂ ਤੁਹਾਡੀਆਂ ਬਲੈਸਿੰਗਸ ਚਾਹੁੰਦੇ ਹਾਂ, ਤੁਹਾਡਾ ਆਸ਼ੀਰਵਾਦ ਚਾਹੁੰਦੇ ਹਾਂ ਕਿ ਅਸੀਂ ਇਸ ਇਹਨੂੰ ਸਿਰੇ ਲਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ, ਆ ਰਹੀ ਹੈ। ਆਪਣੀ ਹੋਂਦ ਨੂੰ ਜਿਹੜਾ ਉਹ ਦਿਖਾਉਣਾ ਚਾਹੁੰਦੇ ਹੋ। ਦੂਜਾ ਸਪਲੀਮੈਂਟਰੀ ਸਵਾਲ ਹੈ, ਤੁਹਾਨੂੰ ਨਹੀਂ ਲੱਗਦਾ ਕਿ ਜੇ ਚੋਣਾਂ 'ਚ ਜਾ ਰਹੇ ਹੋ ਤਾਂ ਇਕੱਲਾ ਅਕਾਲੀ ਦਲ ਤੱਕ ਗੱਲ ਰੱਖਣੀ ਤੁਹਾਨੂੰ ਸੀਮਤ ਕਰੂਗਾ? ਪਹਿਲੀ ਗੱਲ ਤਾਂ ਜੀ, ਅਸੀਂ ਜਿਹੜੀਆਂ ਹੁਣ ਪ੍ਰੈਜ਼ੈਂਟ ਚੋਣਾਂ, ਆਵਾਜ਼ ਆ ਰਹੀ ਹੈ? ਹਾਂਜੀ, ਪਹਿਲੀ ਗੱਲ ਤਾਂ ਜਿਹੜਾ ਤਾਂ ਹੁਣ ਚੋਣਾਂ ਦਾ ਸਵਾਲ ਆ, ਲੋਕ ਸਭਾ ਦੀਆਂ ਚੋਣਾਂ ਦਾ, ਉਹ ਸਾਡੇ ਅੰਦਰ ਹਲੇ ਜਗੋ ਤੱਕ ਹੀ ਚੱਲ ਰਹੀ ਹੈ ਕਿ ਵੀ ਆਪਾਂ ਪਾਰਟੀਸਪੇਟ ਕਰੀਏ ਟੋਟਲੀ, ਨਾ ਪਾਰਟੀਸਪੇਟ ਕਰੀਏ ਕਿ ਕੁਛ ਕਿਸੇ ਇੱਕ ਅੱਧੀ ਸੀਟ 'ਤੇ ਜਾਂ 2 ਸੀਟਾਂ 'ਤੇ ਪਾਰਟੀਸਪੇਟ ਕਰੀਏ, ਬਿਕੋਜ਼ ਬਹੁਤ ਹਲੇ ਪੁੰਗਰ ਰਿਹਾ ਬੂਟਾ ਹੀ ਹੈਗਾ ਮਿਸਲ ਸਤਲੁਜ। ਸੋ ਉਹ ਜਿਵੇਂ ਮੈਂ ਕਿਹਾ ਕਿ ਵੀ ਅਸੀਂ ਇੱਕ ਸੰਗਤੀ ਰੂਪ 'ਚ ਡਿਸੀਜਨ ਲੈਣਾ, ਉਹ ਸੰਗਤੀ ਰੂਪ 'ਚ ਅਸੀਂ ਅਗਲੇ 10-15 ਦਿਨਾਂ 'ਚ ਡਿਸੀਜਨ ਲੈ ਕੇ ਹੋ ਜਾਵਾਂਗੇ, ਇਹਦਾ ਸ਼ੋਰ ਨਹੀਂ। ਬਟ ਹਾਂ, ਡੈਫੀਨੇਟਲੀ 2027 ਦੀਆਂ ਜਿਹੜੀਆਂ ਚੋਣਾਂ ਉਹਦੇ 'ਚ ਡੈਫੀਨੇਟਲੀ ਅਸੀਂ ਪਾਰਟੀਸਪੇਟ ਕਰਾਂਗੇ। ਉਹਦੇ ਵਿਚਾਲੇ ਜਿਹੜੀ ਲਹਿਰ ਰਹੂਗੀ ਉਹ ਇਹਨੂੰ ਇੱਧਰ ਹੀ ਉਹਦਾ ਟਾਰਗੇਟ ਹੋਊਗਾ ਕਿ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਸ ਟਾਈਮ ਬਹੁਤ ਜਕੜ 'ਚ ਹੈਗਾ ਕਿਸੇ 'ਚ, ਤਾਂ ਉਹਦਾ ਇੱਕ ਆਲਟਰਨੇਟਿਵ ਜਿਵੇਂ ਉਹਨੂੰ ਆਜ਼ਾਦ ਕਰਾਇਆ ਜਾਵੇ ਅਤੇ ਉਹਨੂੰ ਸੁਰਜੀਤ ਕੀਤਾ ਜਾਵੇ। ਜਿਸ ਤਰ੍ਹਾਂ ਇਹ ਹੈ ਕਿ ਜੋ ਕੰਟਰੀ ਦੇ ਵਿੱਚ ਪੋਲਰਾਈਜੇਸ਼ਨ ਦਾ ਮਾਹੌਲ ਚੱਲ ਰਿਹਾ ਕਾਫੀ ਸਮੇਂ ਤੋਂ ਹੀ ਸਿਆਸਤ ਦੇ ਵਿੱਚ, ਤਾਂ ਜਿਹੜੇ ਪੰਜਾਬ 'ਚ ਵੱਸਦੇ ਹੋਰ ਤਬਕੇ ਨੇ, ਜਿਹੜੇ ਗੈਰ ਸਿੱਖ ਤਬਕੇ ਨੇ ਅਤੇ ਜਿਹੜੇ ਖਾਸ ਤੌਰ 'ਤੇ ਮਾਈਗ੍ਰੈਂਟਸ ਨੇ, ਉਹ ਉਹਨਾਂ ਦੇ ਬਾਰੇ ਤੁਹਾਡਾ ਕੀ ਪਹੁੰਚ ਰਹੂਗਾ? ਬਿਲਕੁਲ ਜੀ, ਮਾਈਗ੍ਰੈਂਟਸ ਬਾਰੇ ਅਸੀਂ ਬੜਾ ਕਲੀਅਰਲੀ ਡਾਕੂਮੈਂਟ 'ਚ ਦੱਸਿਆ ਕਿ ਵੀ ਜਿਹੜਾ ਮਾਈਗ੍ਰੈਂਟ ਕੋਈ ਆਉਂਦਾ, ਪਹਿਲੀ ਗੱਲ ਤਾਂ ਮਾਈਗ੍ਰੈਂਟ ਨਹੀਂ ਆ ਰਹੇ ਪੰਜਾਬ 'ਚ, ਮਾਈਗ੍ਰੈਂਟ ਹੋਰ ਚੀਜ਼ ਹੁੰਦੀ ਹੈ, ਮਾਈਗ੍ਰੈਂਟ ਇੱਕਾ ਦੁੱਕਾ ਆਉਂਦਾ ਪੰਜਾਬ 'ਚ, ਸੈਟਲਰਸ ਆ ਰਹੇ, ਠੀਕ ਹੈ ਜੀ। ਜਿਹੜਾ ਸੈਟਲਰ ਆਉਂਦਾ ਉਹ ਤੁਹਾਡੀ ਡੈਮੋਗ੍ਰਾਫੀ ਨੂੰ, ਤੁਹਾਡੇ ਸੱਭਿਆਚਾਰ ਨੂੰ, ਸਾਰੀ ਚੀਜ਼ ਨੂੰ ਇਫੈਕਟ ਕਰਦਾ।
ਸੋ ਉੱਥੇ ਜਿੱਥੇ ਬਿਲਕੁਲ ਕਲੀਅਰ ਪਹੁੰਚ ਹੈਗੀ ਹੈ ਕਿ ਲੋਕ ਇੱਥੇ ਆਉਣ, ਕੰਮ ਕਰਨ, ਕੋਈ ਪ੍ਰੋਬਲਮ ਨਹੀਂ, ਜੇ ਉਹ ਵੀ ਉਹਨਾਂ ਸਕਿੱਲਸ ਦੇ ਵਿੱਚ ਜਾਂ ਉਹਨਾਂ ਸ਼ੋਬਿਆਂ ਦੇ ਵਿੱਚ ਜਿੱਥੇ ਸਾਡੇ ਕੋਲ ਘਾਟ ਹੈ, ਠੀਕ ਹੈ ਜੀ। ਪਰ ਇੱਥੇ ਸੈਟਲਮੈਂਟ ਜਿਹੜੀ ਹੈਗੀ ਆ ਉਹਦੇ 'ਤੇ ਡੈਫੀਨੇਟਲੀ ਜਦੋਂ ਅਸੀਂ ਆਰਟੀਕਲ 371 ਮੰਗ ਰਹੇ ਹਾਂ ਤਾਂ ਡੈਫੀਨੇਟਲੀ ਅੰਬਾਰਗੋ ਮੰਗ ਰਹੇ ਹਾਂ ਕਿ ਸਾਡੇ ਵਿੱਚ ਇੱਥੇ ਸੈਟਲਰ ਸੈਟਲ ਨਾ ਹੋ। ਬਿਲਕੁਲ, ਜੇ ਕੋਈ ਸੈਟਲਮੈਂਟ ਹੋਣੀ ਵੀ ਆ ਤਾਂ ਉਹਦਾ ਇੱਕ ਪੋਲਿਸੀ ਬਣੇ ਕਿ ਜਿਵੇਂ ਬਹੁਤ ਜਗ੍ਹਾ ਬਣੀ ਹੋਈ ਹੈ, ਭਾਰਤ 'ਚ ਵੀ ਬੜੀ ਜਗ੍ਹਾ ਬਣੀ ਹੋਈ ਆ, ਆ ਤੁਹਾਡੇ ਨਾਲ ਦੇ ਹਿਮਾਚਲ 'ਚ ਹੀ ਬਣੀ ਹੋਈ ਵੀ 15 ਸਾਲ ਐਂ ਰਹੋ, ਆਹ ਕਰੋ, ਉਹ ਕਰੋ, ਫਿਰ ਅਸੀਂ ਤੁਹਾਨੂੰ ਵੋਟ ਦਰਜ ਕਰ ਦਿੰਦੇ। ਤਾਂ ਉਵੇਂ ਇੱਕ ਪਰਟੀਕੁਲਰ ਥੋਟ, ਵੈਲ ਥੋਟ ਪੋਲਿਸੀ ਬਣੇ ਕਿ ਕਿਹਨੇ ਸੈਟਲ ਹੋਣਾ, ਕਿਹਨੂੰ ਸੈਟਲ ਨਹੀਂ ਹੋਣਾ। ਦੇਖੋ, ਪਹਿਲਾਂ ਤਾਂ ਇਹ ਮਿਸਕੋਟ ਕੀਤਾ ਸੀ ਕਿ ਨਸ਼ਿਆਂ ਨੂੰ ਕਾਨੂੰਨੀ ਮੰਗਤਾ, ਨਸ਼ਿਆਂ ਨਹੀਂ ਕੀਤਾ, ਬੜੇ ਕਲੀਅਰ ਕਿਹਾ ਕਿ ਜਿਹੜਾ ਟਬੈਕੋ ਆ ਜਿਹਨੂੰ ਹੈਗੀ ਆ ਤੰਬਾਕੂ ਆ, ਉਹਦੇ 'ਤੇ ਬਿਲਕੁਲ ਜ਼ੀਰੋ ਟੋਲਰੈਂਸ, ਉਹ ਬੰਦ ਹੋਣਾ ਚਾਹੀਦਾ। ਸ਼ਰਾਬ ਦੇ ਉੱਤੇ ਸਾਡੀ ਜਿਹੜੀ ਆਪਣਾ ਡਿਪੈਂਡੈਂਸ ਆ ਰੈਵਨਿਊ ਦੀ, ਉਹ ਹੌਲੀ ਹੌਲੀ ਘਟਾ ਕੇ ਉਹਨੂੰ ਖਤਮ ਕਰਨਾ ਚਾਹੀਦਾ। ਉਹਦਾ ਕਾਰਨ ਕਿ ਪੰਜਾਬ ਦੇ ਵਿੱਚ ਤਕਰੀਬਨ 27-30 ਲੱਖ ਐਡਿਕਟਸ ਮਤਲਬ ਐਲਕੋਹੋਲਿਕਸ ਹੈਗੇ ਆ, ਅਤੇ ਉਹ ਐਲਕੋਹੋਲਿਕਸ ਹੈਗਾ ਉਹ ਵੀ ਉਨੇ ਹੀ ਡੈਮੇਜਿੰਗ ਹੈਗੇ ਆ। ਸੋ ਇਹ ਪੰਜਾਬ ਦੀ ਜਿਹੜੀ ਵਿਜ਼ਨ ਸਟੇਟਮੈਂਟ ਆ ਉਹਦੇ ਦੇ ਫਿਗਰਸ 'ਚੋਂ ਮੈਂ ਕੋਟ ਕਰ ਰਿਹਾ, ਅਤੇ ਉਹ ਉਨੇ ਡੈਮੇਜਿੰਗ ਆ ਫੈਮਲੀਜ਼, ਅਤੇ ਉਹ ਐਲਕੋਹੋਲ ਦੇ ਉੱਤੇ ਡਿਪੈਂਡੈਂਸ ਘਟਣੀ ਚਾਹੀਦੀ ਆ। ਅਤੇ ਜਿਹੜੇ ਸਿੰਥੈਟਿਕ ਡਰੱਗਸ ਆ ਜਿਹੜੇ ਅੱਜ ਕੱਲ੍ਹ ਜਿਵੇਂ ਚਿੱਟੇ ਆ, ਇਹਨਾਂ 'ਤੇ ਬਿਲਕੁਲ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਆ। ਬਟ ਡੈਫੀਨੇਟਲੀ ਜਿਹੜੇ ਕੋਈ ਭੰਗ ਆ ਜਿਵੇਂ ਜਾਂ ਕੋਈ ਕੈਨਵਸ ਯੂਜ਼ ਹੋ ਰਹੀ ਹੈ ਜਾਂ ਕੁਛ ਆ ਉਹਨੂੰ ਇੱਕ, ਜਾਂ ਜਿਵੇਂ ਭੁੱਕੀ ਯੂਜ਼ ਹੋ ਰਹੀ ਆ ਉਹਨੂੰ ਇੱਕ ਲੈਵਲ ਤੱਕ ਟ੍ਰੀਟ ਕਰਨਾ ਚਾਹੀਦਾ ਕਿ ਵੀ ਉਹਨੂੰ ਬਿਲਕੁਲ ਇਲੀਗਲ ਕਰਕੇ, ਜਿਵੇਂ ਉਹਨੂੰ ਪਰੀਆ ਬਣਾਇਆ ਹੋਇਆ, ਉਹਨੇ ਨੁਕਸਾਨ ਵੀ ਕੀਤਾ, ਉਹ ਇਲੀਗਲ ਟਰਮਸ 'ਚ ਵਿਕ ਰਹੀ ਇੱਥੇ ਬਹੁਤ ਜ਼ਿਆਦਾ, ਅਤੇ ਉਹਦੇ ਡੈਮੇਜਸ ਵੀ ਹੋ ਰਹੇ। ਮੇਰਾ ਸਵਾਲ ਇਹ ਹੈ ਕਿ ਇਸ ਵੇਲੇ ਤੁਸੀਂ, ਤੁਹਾਨੂੰ ਪਤਾ ਕਿ ਹਾਂਜੀ, ਤੁਹਾਨੂੰ ਪਤਾ ਕਿ ਪਿਛਲੀ ਵਾਰ 2022 ਦੇ ਵਿੱਚ ਲੋਕਾਂ ਨੇ ਬਦਲਾਅ ਕਰਤਾ। ਹੁਣ ਇਹ ਪੁਜੀਸ਼ਨ ਹੈ ਕਿ ਜੇ ਤੁਸੀਂ ਪਿੰਡਾਂ 'ਚ ਜਾਓ, ਤੁਸੀਂ ਪੰਜਾਬ ਦਾ ਟੂਰ ਕਰੋ, ਉਹਨਾਂ ਨੂੰ ਉਸ ਤੋਂ ਨਿਰਾਸ਼ਾ ਵੀ ਹੋਈ ਹੋਣੀ ਹੈ ਜਾਂ ਕੋਈ ਹੋਰ ਵੀ ਉਮੀਦ ਜਾਗੀ ਹੋਣੀ ਹੈ, ਪਰ ਇਸ ਵੇਲੇ ਪੁਜੀਸ਼ਨ ਇਹ ਹੈ ਕਿ ਬਈ ਉਹ ਜਿੰਨੇ 4 ਪਾਰਟੀਆਂ ਨੇ ਉਹ ਨਹੀਂ, ਕਈ ਜਗ੍ਹਾ ਐਕਸੈਪਟੈਂਸ ਨਹੀਂ ਹੈ। ਕੀ ਇਹ ਸਭ ਤੋਂ ਮਿਸਲ ਕੋਲ ਪ੍ਰੋਵਾਈਡ ਕਰੇਗੀ ਡਿਊਰਿੰਗ ਦਿਸ ਇਲੈਕਸ਼ਨ, ਕੋਈ ਆਲਟਰਨੇਟ ਆਏਗਾ ਲੋਕਾਂ ਦੇ ਕੋਲ? ਨਹੀਂ, ਮੈਂ ਕਲੀਅਰਲੀ ਦੱਸਿਆ ਜੀ ਕਿ ਵੀ ਅਸੀਂ ਐਜ਼ ਆਫ ਟੂਡੇ, ਕਿਉਂਕਿ ਨਵੀਂ ਔਰਗਨਾਈਜੇਸ਼ਨ ਆ, ਉਸ ਤਰੀਕੇ ਦੀ ਹਲੇ ਸਾਰੀ ਥਾਂ ਅਸੀਂ ਦੇ ਸਕੀ ਉਹ ਪੋਸੀਬਲ ਨਹੀਂ, ਬਟ 1 ਜਾਂ 2 ਸੀਟਾਂ 'ਤੇ ਅਸੀਂ ਸੋਚ ਰਹੇ ਹਾਂ ਕਿ ਜਿੱਥੇ ਅਸੀਂ ਕੰਟੈਸਟ ਕਰ ਸਕਦੇ ਹਾਂ, ਆਪਦਾ ਆਈਡੀਆ ਵੀ ਪਰਕੂਲੇਟ ਕਰਾਂਗੇ ਅਤੇ ਉਹਦੇ 'ਤੇ ਹੈਗਾ। ਪਰ ਉਹ ਹਲੇ ਇੰਟਰਨਲ ਗੱਲ ਆ, ਇਹ ਸਾਰੇ ਸਰਬਸੰਮਤੀ ਨਾਲ ਫੈਸਲਾ ਲਵਾਂਗੇ ਕਿ ਵੀ ਇਹ ਕਰਨਾ ਜਾਂ ਨਹੀਂ ਕਰਨਾ, ਹਲੇ ਇਹ 'ਤੇ ਅਨਡਿਸਾਈਡਿਡ ਆ। ਪਰ 2027 ਬਾਰੇ ਅਸੀਂ ਬਿਲਕੁਲ ਕਲੀਅਰ ਹਾਂ ਕਿ ਅਸੀਂ ਇਲੈਕਸ਼ਨ ਪੋਲੀਟਿਕਸ 'ਚ ਆਉਂਦੇ। ਪਰ ਇਹ ਵੀ ਤੁਹਾਨੂੰ ਲੱਗਦਾ ਕਿ ਜਿਹੜੀ ਲੋਕਾਂ ਦੀ ਐਸਪੀਰੇਸ਼ਨ ਹੈ ਉਹ ਇੱਕ ਤਰ੍ਹਾਂ ਦੀ ਉਹਦੇ ਨਾਲ ਇਹ ਹੈ ਕਿ ਦੇ ਆਰ ਐਸਪਾਇਰਿੰਗ ਕਿ ਐਤਕੀ ਕੁਛ ਨਾ ਕੋਈ ਵਿਕਲਪ ਨਿਕਲੇ? ਦੇਖੋ, ਜੇ ਉਹਨਾਂ ਦੀ ਐਸਪੀਰੇਸ਼ਨਸ ਠੀਕ ਆ, ਐਸਪੀਰੇਸ਼ਨ ਹੈਗੀ ਆ, ਤਾਂ ਹੀ ਕੋਈ ਔਰਗਨਾਈਜੇਸ਼ਨ ਅੱਗੇ ਆਉਂਦੀ ਹੈਗੀ ਆ ਨਾ, ਉਹ ਐਸ ਕਿਤੇ ਜਗ੍ਹਾ ਮਿਲਦੀ ਹੈ ਤਾਂ ਹੀ ਆਉਂਦੀ ਆ। ਬਟ ਸਾਡੀ ਵੀ ਸਮਰੱਥਾ ਚਾਹੀਦੀ ਆ ਉਹਨੂੰ ਐਸਪੀਰੇਸ਼ਨਸ ਫੁਲਫਿਲ ਕਰਨ ਵਾਸਤੇ, ਕਿਉਂਕਿ ਉੱਥੇ ਵੈਕਿਊਮ ਹੈਗਾ ਤਾਂ ਅਸੀਂ ਉੱਧਰ ਭੱਜ ਪਈਏ, ਤਾਂ ਇਹ ਵੀ ਕੋਈ ਅਕਲਮੰਦੀ ਵਾਲੀ ਗੱਲ ਹੈ। ਤੁਹਾਡਾ ਕੀ ਪਲਾਨ ਰਹਿਣ ਵਾਲਾ, ਜਿਵੇਂ ਤੁਸੀਂ ਦੱਸਦਾ ਸਾਹਿਬ ਕਿ ਅਕਾਲੀ ਦਲ
ਕਿਸ ਤਰੀਕੇ ਨਾਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਰਿਆਦਾ ਅਨੁਸਾਰ ਇਸ ਨੂੰ ਆਜ਼ਾਦ ਕਰਾਵਾਂਗੇ, ਮੁੜ ਸੁਰਜੀਤ ਕਰਾਂਗੇ, ਕਿਸ ਕੋਲ? ਪਹਿਲੀ ਗੱਲ ਤਾਂ ਜੀ ਵੇਖੋ, ਇਸ 'ਚ ਕੋਈ ਡਾਊਟ ਨਹੀਂ ਕਿ ਬਹੁਤ ਲੋਕਾਂ ਨੇ ਇਹ ਗੱਲਾਂ ਕਹੀਆਂ ਕਿ ਅਸੀਂ ਇਹ ਕਰਾਂਗੇ, ਬਟ ਲਾਰਜਲੀ ਜਿੰਨੀਆਂ ਵੀ ਇਹ ਐਫਰਟ ਸੀਗੇ ਸਿੰਗੂਲਰ ਐਫਰਟ ਸੀਗੇ, ਸਿੰਗਲ ਸ਼ਖਸੀਅਤ ਬੇਸਡ ਐਫਰਟਸ ਕਰਦੇ ਸੀ ਉਹ। ਜਦੋਂ ਤੁਸੀਂ ਸ਼ਖਸੀਅਤ ਐਫਰਟ ਬੇਸਡ ਐਫਰਟ ਕਰਦੇ ਹੋ ਤਾਂ ਦੋਵਾਂ ਦੇ ਵਿੱਚ ਕੋਈ ਵੱਡਾ ਅੰਤਰ ਨਹੀਂ ਰਹਿ ਜਾਂਦਾ। ਮੈਂ ਦੁਬਾਰਾ ਉਸੇ ਗੱਲ 'ਤੇ ਆਉਂਦਾ ਵੀ ਸਟਰਕਚਰ ਨੇ ਡਿਫਾਈਨ ਕਰਨਾ ਕਿ ਤੁਹਾਡਾ ਢਾਂਚਾ ਕਿਹੋ ਜਿਹਾ, ਉੱਥੇ ਤੁਸੀਂ ਫੈਸਲੇ ਕਿਵੇਂ ਲੈਣੇ ਹੋ, ਪਹਿਲੀ ਗੱਲ ਤਾਂ। ਦੂਸਰੀ ਗੱਲ, ਸਾਡੇ ਕੋਲ ਬਹੁਤ ਕਲੀਅਰ ਕੱਟ ਗੁਰਦੁਆਰਾ ਸੁਧਾਰ ਲਹਿਰ ਦੀ ਇਗਜ਼ਾਮਪਲ ਆ, ਜਿਹਦੇ ਵਿੱਚ ਸੰਗਤ ਨੇ ਗੁਰੂ ਘਰ ਆਜ਼ਾਦ ਕਰਾਏ, ਕਿਸੇ ਨੇ ਨਹੀਂ ਆਜ਼ਾਦ ਕਰਾਉਣੇ, ਕੋਈ ਅਜੇਪਾਲ ਸਿੰਘ ਨੇ ਨਹੀਂ ਕਰਾਉਣੇ, ਕੋਈ ਮਿਸਲ ਸਤਲੁਜ ਨੇ ਨਹੀਂ ਕਰਾਉਣੇ, ਕੋਈ ਇੱਥੇ ਜਿਹੜੇ ਬੈਠੇ ਇਹਨਾਂ ਨੇ ਨਹੀਂ ਕਰਾਉਣੇ, ਸੰਗਤ ਦੀ ਅਵੇਅਰਨੈਸ ਨੇ ਆਪਦੀ ਸੰਸਥਾ ਨੂੰ ਆਜ਼ਾਦ ਕਰਾਉਣਾ, ਜਿਵੇਂ ਗੁਰੂ ਕਾ ਬਾਗ ਨੂੰ ਆਜ਼ਾਦ ਕਰਾਇਆ ਸੀ, ਜਿਵੇਂ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਇਆ ਸੀ। ਇਹਦੇ ਇਲਾਵਾ ਅਸੀਂ ਲੀਗਲ ਆਸਪੈਕਟਸ ਵੀ ਪੂਰੇ ਪ੍ਰੋਬ ਕਰਾਂਗੇ, ਕਿਉਂਕਿ ਉਹਦੇ ਵਿੱਚ ਜੇ ਤੁਸੀਂ ਉਹਨਾਂ ਦਾ ਕੋਨਸਟੀਟਿਊਸ਼ਨ ਨੂੰ ਵੇਖੋ, ਉਹਦੇ ਵਿੱਚ ਨੋਨ ਡੈਮੋਕਰੈਟਿਕ ਚੇਂਜਸ ਲਿਆਂਦੀਆਂ ਗਈਆਂ, ਅਨਡੈਮੋਕਰੈਟਿਕ ਰਾਦਰ ਚੇਂਜਸ ਲਿਆਂਦੀਆਂ ਗਈਆਂ 2004 ਤੋਂ ਬਾਅਦ ਲਗਾਤਾਰ। ਸੋ ਉਹ ਚੈਲੰਜ ਜਿਹੜਾ ਹੈਗਾ ਲੀਗਲ ਵੀ ਕਰਾਂਗੇ, ਬਟ ਲਾਰਜਲੀ ਜਿਹੜਾ ਐਫਰਟ ਹੋਊਗਾ ਉਹ ਸੰਗਤ ਦਾ ਹੋਊਗਾ, ਅਤੇ ਸੰਗਤ ਨੇ ਹੀ ਕਰਨਾ। ਆਪਾਂ ਕਿਸਾਨ ਮੋਰਚੇ ਵੇਲੇ ਵੀ ਵੇਖਿਆ ਕਿ ਜਿਹੜੀ ਸਾਡੀ ਉਹ ਸਪਿਰਿਟ ਸੀਗੀ ਗੁਰਦੁਆਰਾ ਰਿਫੋਰਮ ਮੂਵਮੈਂਟਸ ਦੀ ਜਾਂ ਗੁਰੂ ਕੇ ਬਾਗ ਮੂਵਮੈਂਟ ਲਹਿਰ ਵੇਲੇ ਦੀ, ਉਹ ਸਾਡੇ ਹੁਣ ਵੀ ਲੋਕਾਂ ਦੇ ਵਿੱਚ ਸੀਗੀ, ਅਤੇ ਉਹਨਾਂ ਨੇ ਲੋਕਾਂ ਨੇ ਆਪਦੇ ਲੀਡਰਸ ਨੂੰ ਪ੍ਰੈਸ਼ਰ ਕਰਕੇ ਇੱਕ ਜਗ੍ਹਾ ਲਿਆਂਦਾ। ਕਿਸੇ ਇੱਕ ਸ਼ਖਸੀਅਤ ਨੇ ਜਾਂ ਇੱਕ ਦਲ ਨੇ ਨਹੀਂ ਕਰਾ ਲੈਣਾ, ਤਕਰੀਬਨ 36-37 ਪਾਰਟੀਆਂ ਨੇ ਆਪਦਾ ਨਾਂ ਅਕਾਲੀ ਦਲ ਰੱਖਿਆ ਹੋਇਆ, ਉਹਨਾਂ ਨੇ ਕਿਸੇ ਨੇ ਕੁਛ ਨਹੀਂ ਕਰ ਲੈਣਾ, ਇਹ ਲੋਕਾਂ ਨੇ ਜਾਂ ਸੰਗਤ ਨੇ ਉੱਠ ਕੇ ਕਰਨਾ ਜਦੋਂ ਉਹਨਾਂ ਨੇ ਆਪਦੀ ਸੰਸਥਾ ਨੂੰ ਰੀਕਲੇਮ ਕਰਨਾ। ਪਹਿਲੀ ਗੱਲ ਤਾਂ ਇਹ ਜੀ, ਜਿਹੜਾ ਵੀ ਕੋਈ ਐਲੀਗੇਸ਼ਨ ਵੇਖੋ, ਉਹ ਆਪਦੇ ਆਪ ਨੂੰ ਬਚਾਉਣ ਵਾਸਤੇ ਲਾਉਣਗੇ, ਹੈ ਨਾ, ਲੋਕਾਂ ਨੂੰ ਪਤਾ ਹੀ ਆ। ਬਾਕੀ ਸਾਡੇ ਪਿਛਲੇ ਕੰਮਕਾਰ, ਆਉਣ ਵਾਲੇ ਕੰਮਕਾਰ, ਉਹ ਬਿਲਕੁਲ ਨਿਤਾਰਾ ਕਰ ਦੇਣਗੇ ਕਿ ਕਿਸੇ ਦੀ ਬੀ ਟੀਮ ਹੈ ਜਾਂ ਨਹੀਂ ਹੈਗੇ। ਇਹ ਤਾਂ ਮਤਲਬ ਇਹ ਬੜਾ ਸੌਖਾ ਹੁੰਦਾ ਕਹਿਣਾ ਵੀ ਫਲਾਨੇ ਦੀ ਬੀ ਟੀਮ ਆ ਨਹੀਂ ਗੀ, ਪਰ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ, ਜਿਹੜੀਆਂ ਮੰਗਾਂ ਅਸੀਂ ਮੰਗ ਰਹੇ ਹਾਂ ਇਸ ਸਮੇਂ, ਉਹ ਮੇਰਾ ਖਿਆਲ ਕੋਈ ਵੀ ਪੋਲੀਟੀਕਲ ਪਾਰਟੀ ਉਹਨਾਂ ਨੂੰ ਕੈਰੀ ਨਹੀਂ ਕਰਨਾ ਚਾਹੂਗੀ, ਉਹਨਾਂ ਨੂੰ ਵੱਡਾ ਨਹੀਂ ਕਰਨਾ ਚਾਹੂਗੀ, ਕਿਉਂਕਿ ਇਹ ਸਾਰੀਆਂ ਕੇਂਦਰੀ ਪਾਰਟੀਆਂ। ਇਹਨਾਂ ਨੂੰ, ਇਹਨਾਂ ਡਿਮਾਂਡਸ ਨੂੰ ਆਪਦੇ ਮੋਢਿਆਂ 'ਤੇ ਕੈਰੀ ਕਰਨ ਵਾਸਤੇ ਸਿਰਫ ਪੰਜਾਬ ਦੇ ਹੀ ਪੁੱਤ ਚਾਹੀਦੇ ਆ, ਜਿਹੜੇ ਪੰਜਾਬ ਦੀ ਸੋਚਣ, ਪੰਜਾਬ ਦੀ ਪੱਖ ਦੀ ਗੱਲ ਕਰਦੇ ਹੋਣ, ਆਪਦੀ ਗੱਲ ਕਰਦੇ ਹੋਣ। ਸੋ ਇਹਨੂੰ ਬੀ ਟੀਮ ਕਹਿਣਾ, ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ, ਜੇ ਲੱਗਦਾ ਸੁਖਬੀਰ ਬਾਦਲ ਨੂੰ ਆ ਚੱਕ ਲਏ ਸਾਰਾ ਕੁਛ ਅਤੇ ਐਂ ਇੰਪਲੀਮੈਂਟ ਕਰਦੇ, ਜੇ ਨਹੀਂ ਕਹਿੰਦਾ। ਪਹਿਲੀ ਗੱਲ ਤਾਂ ਜੀ ਵੇਖੋ, ਪੰਜਾਬ ਦੀ ਜਿਹੜੀ ਜ਼ੁਬਾਨ ਆ ਪੰਜਾਬੀ, ਹੈ ਨਾ, ਉਹ ਆਪਦੇ ਆਪ 'ਚ ਰਬੀਲੀਅਨ ਦੀ ਜ਼ੁਬਾਨ, ਠੀਕ ਆ। ਇਸੇ ਕਰਕੇ ਕਈ ਵਾਰੀ ਵੇਖੋ ਬਹੁਤ ਸਰਕਾਰਾਂ ਨੇ ਕਦੀ ਇਹਨੂੰ ਆਪਦੀ ਮੇਨ ਜ਼ੁਬਾਨ ਨਹੀਂ ਬਣਾਉਣ ਦਿੱਤਾ।
ਸੋ ਅਕਾਲੀ ਪੋਲੀਟਿਕਸ ਜਦੋਂ ਵੀ ਰਹੀ ਆ, ਅਕਾਲੀ ਪੋਲੀਟਿਕਸ ਨਾ ਕਹੋ, ਰਾਜਨੀਤੀ ਨਹੀਂ ਕਹਿਣਾ ਚਾਹੀਦਾ, ਅਕਾਲੀ ਲਹਿਰ ਆ ਉਹ ਪੋਲੀਟਿਕਸ ਨਹੀਂ ਗੀ ਨਾ, ਉਹ ਇੱਕ ਘਾੜਤ ਆ, ਇੱਕ ਸੋਚ ਆ। ਅਕਾਲੀ ਲਹਿਰ ਜਦੋਂ ਵੀ ਰਹੀ ਆ ਉਹਨੇ ਅਨਿਆਂ ਦੇ ਉਲਟ ਆਵਾਜ਼ ਚੱਕੀ ਆ। ਸੋ ਚਾਹੇ ਉਹ ਰਾਜਨੀਤੀ 'ਚ ਹੋਣ ਚਾਹੇ ਨਾ ਹੋਣ, ਹੈ ਨਾ, ਰਾਜਨੀਤੀ ਤਾਂ ਇਨਸਾਨ ਦੀ ਤਾਂ ਰਾਜਨੀਤੀ ਹੈ ਜਿੱਥੇ ਤਿੰਨ ਬੰਦੇ ਇਕੱਠੇ ਹੋ ਗਏ, ਰਾਜਨੀਤੀ ਦਾ ਬੜਾ ਬਰੋਡ ਟਰਮ ਆ, ਪਰ ਉਹ ਹਮੇਸ਼ਾ ਐਜੂਕੇਸ਼ਨਲ ਰਹੇ ਆ। ਸਿੱਖ ਦਾ ਵੈਸੇ ਵੀ ਫਰਜ਼ ਆ ਕਿ ਜਿੱਥੇ ਵੀ ਕਿਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਜਰਵਾਣੇ ਦੀ ਉਹਨੇ ਪੱਖਿਆ ਕਰਨੀ ਹੈ, ਤਾਂ ਉਹ ਐਜੂਕੇਸ਼ਨਲ ਮੋਡ 'ਚੋਂ ਹੀ ਆਊਗੀ। ਉਹਨੇ ਅਗਾਂਹ ਅੜਨਾ, ਉਹਦੇ ਉਹ ਅੜਨ ਦੇ ਉਹਦੇ ਵੱਖ ਵੱਖ ਸਟੇਜਸ ਹੋ ਸਕਦੀਆਂ। ਇੱਕ ਜਗ੍ਹਾ 'ਤੇ ਉਹਦੇ ਹਲੇ ਉਹਨੇ ਹਾਂ ਦਾ ਨਾਰਾ ਮਾਰਨਾ, ਇੱਕ ਜਗ੍ਹਾ ਉਹਨੇ ਸੰਘਰਸ਼ ਕਰਨਾ, ਇੱਕ ਜਗ੍ਹਾ ਹੋ ਸਕਦਾ ਉਹ ਰਾਜ ਵਿੱਚ ਆਇਆ ਹੋਵੇ ਅਤੇ ਜਿਵੇਂ ਮੁਲਤਾਨ ਦੇ ਵਿੱਚ ਜਾ ਕੇ ਆਪਣਾ ਦਲ ਖਾਲਸਾ ਵੇਲੇ ਉਹਨਾਂ ਨੇ ਇੱਕ ਨਿਆਂ ਦਵਾਇਆ ਸੀਗਾ ਇੱਕ ਬ੍ਰਾਹਮਣ ਨੂੰ, ਤਾਂ ਉਹਨਾਂ ਨੇ ਨਿਆਂ ਵੀ ਦਵਾਇਆ ਜਦੋਂ ਤਾਕਤ 'ਚ ਆ ਜਾਂਦੇ ਆ। ਸੋ ਇਹ ਸਟੇਜਸ ਹੈਗੀਆਂ ਉਹਦੀਆਂ ਸਮਰੱਥਾ ਦੇ ਮੁਤਾਬਕ।